रेडियो चन परदेसी के माण मत स्रोतों स्वागत करते हैं तुहाडा रेडियो चन परदेसी दी पंजाबी सत्थ दे विच। मैं हाँ तुहाडा दोस्त होस्ट सरवण सिंह ठवाणा अमेरिका की विंडी ते ठंडी सिटी शिकागो तो। मेरा साथ दे रहे ने उगे पत्रकार ते ब्रॉडकास्टर सरदार संतोख सिंह जी गिल गुरु सर सरदार लुधियाणा तो। गिल साहब सत श्री अकाल जी, गुड मॉर्निंग, की हाल चाल? गुड मॉर्निंग ਤੁਹਾਡਾ ਜੀ, ਸਤਿ ਸ੍ਰੀ ਅਕਾਲ, ਹਾਲ ਚਾਲ ਠੀਕ ਨੇ ਜੀ? ਚਲੋ ਠੀਕ ਠਾਕ ਚਾਹੀਦੇ ਨੇ। ਕੀ ਕਹਿੰਦਾ ਮੌਸਮ ਬਹਾਰ, ਆਨੰਦ ਮਾਣ ਰਹੇ ਹੋ ਇਸ ਮੌਸਮ ਦਾ? ਕਿਉਂਕਿ ਨਾ ਗਰਮੀ ਨਾ, ਮੌਸਮ ਅੱਗੇ ਨਾਲੋਂ ਠੀਕ ਹੈ, ਲੇਕਿਨ ਥੋੜਾ ਹਜੇ ਕਿਉਂਕਿ ਦਿਵਾਲੀ ਲੰਘ ਕੇ ਗਈ ਆ, ਹਜੇ ਥੋੜਾ ਜਿਹਾ ਅਸਰ ਹੈਗਾ। ਭਾਵੇਂ ਇਸ ਵਾਰ ਪਟਾਕੇ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਜ਼ਿਆਦਾ ਨਹੀਂ ਚੱਲੇ, ਪਰ ਫਿਰ ਵੀ ਅਸਰ ਤਾਂ ਉਹਦਾ ਹੈਗਾ ਥੋੜਾ ਬਹੁਤਾ। ਚਲੋ ਵਧੀਆ ਜੀ, ਗੱਲ ਆ ਜੀ। ਗਿੱਲ ਸਾਹਿਬ ਜੀ, ਆਪਾਂ ਕੱਲ੍ਹ ਦੀ ਗੱਲ ਕਰੀ, ਕੱਲ੍ਹ ਆਪਣੇ ਕੋਲ ਇੱਕ ਗੱਲ ਰਹਿ ਗਈ ਸੀ ਜੇ ਕਹਿੰਦੇ ਵੀ ਜੇ ਤੁਸੀਂ ਮੁਸਲਮਾਨ ਜਾਂ ਮੋਦੀ ਸਰਕਾਰ ਦੇ ਵਿਰੋਧੀ ਹੋ ਤਾਂ ਇਨਸਾਫ਼ ਦੀ ਆਸ ਛੱਡਦੇ ਹੋ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਯੂਪੀ ਦਾ ਇੱਕ ਮੰਤਰੀ ਹੈ, ਉਹ ਕਹਿੰਦਾ ਮੋਦੀ ਜੀ ਤਾਂ ਭਗਵਾਨ ਨੇ, ਭਗਵਾਨ ਤਾਂ ਕਦੇ, ਭਗਵਾਨ ਤੋਂ ਤਾਂ ਬੜੀਆਂ ਆਸਾਂ ਹੁੰਦੀਆਂ ਨੇ, ਬੜਾ ਤੁਹਾਡਾ ਇੱਕ ਆਸਾ ਹੁੰਦੀ ਹੈ ਭਗਵਾਨ ਦੇ ਵਿੱਚ ਵੀ ਭਗਵਾਨ ਤੁਹਾਡੇ ਲਈ ਸਾਰਾ ਕੁਛ ਹੈ, ਪਰ ਮੋਦੀ ਜੀ ਭਗਵਾਨ ਨੇ ਜੇ, ਫਿਰ ਇਨਸਾਫ਼ ਦੀ ਆਸ ਕਿਉਂ ਛੱਡਦੀ ਹੈ? ਜੀ ਮੋਦੀ ਜੀ ਦੇ ਨਾਂ ਤੇ ਤਾਂ ਮੰਦਰ ਵੀ ਬਣਿਆ ਹੋਇਆ, ਬੜੇ ਲੋਕ ਨੇ ਜਿਹੜੇ ਮੋਦੀ ਦੀ ਤਸਵੀਰ ਲਾ ਕੇ ਉਹਦੀ ਪੂਜਾ ਕਰਦੇ ਨੇ, ਉਹਨਾਂ ਦੇ ਥਾਂ ਥਾਂ ਤੇ ਕਈ ਥਾਵਾਂ ਤੇ ਮੰਦਰ ਬਣੇ ਨੇ, ਮੂਰਤੀਆਂ ਲੱਗੀਆਂ ਹੋਈਆਂ ਉਹਨਾਂ ਦੀਆਂ, ਤੇ ਹੋਰ ਹੈ ਜੀ ਮੰਦਰ ਤਾਂ ਰਾਵਣ ਦੇ ਵੀ ਨੇ। ਹਾਂ ਮੰਦਰ, ਹਾਂ ਦੱਖਣ ਚ ਹੈਗੇ ਨੇ ਜੀ, ਦੱਖਣ ਵਾਲੇ ਪਾਸੇ ਹੈਗੇ ਨੇ, ਕਿਉਂਕਿ ਉੱਥੇ ਉਹ ਰਾਵਣ ਦੀ ਪੂਜਾ ਕਰਦੇ ਨੇ। ਮੈਂ ਤਾਂ ਹੋਰ ਸੋਚਦਾ ਸੀ ਜੀ, ਮੈਂ ਕੱਲ ਇੱਕ ਸਾਡੇ ਸਟੂਡੀਓ ਹੈਗਾ ਵਾ, ਫੋਟੋਗ੍ਰਾਫਰ ਵਧੀਆ ਮਿੱਤਰ ਆ ਸਾਡਾ, ਮੈਂ ਉਹਨੂੰ ਕਹਿ ਕੇ ਆਇਆ ਵਾ ਬਈ ਆਪਾਂ ਵੀ ਕੋਈ ਫੋਟੋ ਲਾਉਂਦੇ ਹਾਂ ਜੀ, ਸ਼ਾਇਦ ਫੋਟੋ ਲਾਉਣ ਨਾਲ ਆਪਣੀ ਵੀ ਗੱਲ ਬਣ ਗਈ। ਲਾ ਲਓ, ਕਿਉਂਕਿ ਮੈਂ ਤਾਂ ਹੋਰ ਸੋਚਦਾ ਵੀ ਜੇ ਕਿਤੇ ਕੇਜਰੀਵਾਲ ਆਹ ਗੱਲ ਪਹਿਲਾਂ ਦੱਸ ਦਿੰਦਾ ਬਈ ਮੈਂ ਤਾਂ ਨੋਟਾਂ ਦੇ ਉੱਤੇ ਫੋਟੋ ਬਦਲ ਕੇ ਦੇਸ਼ ਦੀ ਤਕਦੀਰ ਬਦਲ ਦੇਣੀ ਆ, ਤਾਂ ਮੈਨੂੰ ਲੱਗਦਾ ਵੀ ਫਿਰ ਤਾਂ ਹੁਣ ਇਹ ਦੇਸ਼ ਦਾ ਰਾਜਾ ਕਦੋਂ ਦਾ ਬਣ ਜਾਂਦਾ, ਉਹਨੂੰ ਤਾਂ ਫਿਰ ਇਹ ਪ੍ਰਧਾਨ ਮੰਤਰੀ ਬਣਿਆ ਹੁੰਦਾ ਜੀ। ਉਹ ਤਾਂ ਤੁਹਾਡੀ ਗੱਲ ਸਹੀ ਹੈ, ਪਰ ਹੁਣ ਜੇ ਗੱਲ ਇਸ ਗੱਲ ਨੂੰ ਦੂਜੇ ਤਰੀਕੇ ਨਾਲ ਆਪਾਂ ਦੇਖੀਏ ਵੀ ਜਿਹੜੀ ਗੱਲ ਤੁਸੀਂ ਇਹ ਕਹੀ ਹੈ ਵੀ ਵਾਕਈ ਵੀ ਜੇ ਤੁਸੀਂ ਮੁਸਲਮਾਨ ਹੋ ਫਿਰ ਜਾਂ ਵਿਰੋਧੀ ਹੋ ਮੋਦੀ ਸਰਕਾਰ ਦੇ, ਫਿਰ ਇਨਸਾਫ਼ ਦੀ ਅਸਲ ਜਿਹੜੀ ਆਸ ਹੈ ਜਿਹੜੀ ਉਹ ਛੱਡ ਦਿਓ, ਉਹ ਕਿਉਂ? ਹਾਂ ਉਹ ਇਸ ਕਰਕੇ ਕਿਉਂਕਿ ਤੁਹਾਨੂੰ ਆਸ ਹੁੰਦੀ ਕਿੱਥੋਂ, ਪੁਲਿਸ ਤੰਤਰ ਤੁਹਾਨੂੰ ਪਰੇਸ਼ਾਨ ਕਰ ਸਕਦਾ ਕਿਉਂਕਿ ਉਹ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਇੱਕ ਹਥਿਆਰ ਦੀ ਤਰ੍ਹਾਂ ਵਰਤਿਆ ਜਾਂਦਾ। ED, CBI, NIA ਤੇ ਹੋਰ ਪਤਾ ਨੀ ਕਿਹੜੀਆਂ ਕਿਹੜੀਆਂ ਏਜੰਸੀਆਂ ਨੇ ਜਿਹਨਾਂ ਰਾਹੀਂ ਸਰਕਾਰ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ, ਤੇ ਲਾ ਪਾ ਕੇ ਤੁਹਾਨੂੰ ਇਨਸਾਫ਼ ਦੀ ਉਮੀਦ ਅਦਾਲਤਾਂ ਤੋਂ ਰਹਿ ਜਾਂਦੀ ਹੈ। ਪਰ ਇਸ ਵੇਲੇ ਭਾਰਤ ਦੇ ਵਿੱਚ ਅਦਾਲਤਾਂ ਤੋਂ ਨਿਆਂ ਲੈਣਾ ਵੀ ਇੱਕ ਮਜ਼ਾਕ ਵਾਂਗੂ ਲੱਗ ਰਿਹਾ, ਮਜ਼ਾਕ ਬਣਦਾ ਜਾ ਰਿਹਾ, ਖਾਸ ਕਰਕੇ ਉਸ ਵੇਲੇ ਜਦੋਂ ਨਿਆਂ ਮੰਗਣ ਵਾਲਾ ਮੁਸਲਮਾਨ ਹੋਵੇ ਜਾਂ ਫਿਰ ਮੋਦੀ ਸਰਕਾਰ ਦਾ ਆਲੋਚਕ ਜਾਂ ਵਿਰੋਧੀ ਹੋਵੇ, ਤੇ ਇਹੋ ਜਿਹਾ ਸ਼ੱਕ ਐਵੇਂ ਨਹੀਂ ਪੈਦਾ ਹੋਇਆ। ਇਹ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਸਿਖਰਲੀ ਅਦਾਲਤ ਨੇ ਉਮਰ ਖਾਲਦ ਦੀ ਜ਼ਮਾਨਤ ਦੀ ਅਰਜ਼ੀ ਇਹ ਕਹਿ ਕੇ ਖਾਰਜ ਕਰਤੀ ਵੀ ਜਿਹੜਾ ਤੂੰ ਨਾਅਰੇ ਲਾਏ ਨੇ, ਭਾਵੇਂ ਤੇਰਾ ਚਿਹਰਾ ਮੁਸਕਰਾਉਂਦਾ ਸੀ ਪਰ ਤੂੰ ਨਾਅਰੇ ਲਾ ਰਿਹਾ ਸੀ ਇਨਕਲਾਬ ਜ਼ਿੰਦਾਬਾਦ ਦੇ ਤੇ ਇਸਤਕਬਾਲ ਕਰ ਰਿਹਾ ਸੀ ਕ੍ਰਾਂਤੀ ਦਾ, ਇਸ ਕਰਕੇ ਤੈਨੂੰ ਜ਼ਮਾਨਤ ਦਿੱਤੀ ਨਹੀਂ ਜਾ ਸਕਦੀ। ਹਾਲਾਂਕਿ ਭਾਰਤ ਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਆ ਉਹਦਾ ਕਥਨ ਹੈ ਵੀ ਜੇਲ੍ਹ ਨਹੀਂ ਬੇਲ, ਵੀ ਬੰਦਿਆਂ ਨੂੰ ਐਵੇਂ ਜਿਹੜਾ ਕਿ ਨਾ ਤੁੰਨ ਕੇ ਰੱਖੋ, ਕਿਉਂਕਿ ਇਸੇ ਹੀ ਸੁਪਰੀਮ ਕੋਰਟ ਦਾ ਇੱਕ ਨਿਰਣਾ ਬਿਹਾਰ ਸਰਕਾਰ ਦੇ ਖਿਲਾਫ
ਤਰੁਣੇਸ਼ ਕੁਮਾਰ ਦੇ ਮਾਮਲੇ ਚ ਜਿਹਦੀ ਆਮ ਤੌਰ ਤੇ ਜ਼ਮਾਨਤ ਲੈਣ ਵੇਲੇ ਲੋਕੀ ਉਦਾਹਰਣ ਪੇਸ਼ ਕਰਦੇ ਨੇ, ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਸ ਕੇਸ ਦੇ ਵਿੱਚ ਜਿਹੜੀ ਕੈਦ ਹੈ ਉਹ 7 ਸਾਲ ਜਾਂ 7 ਸਾਲ ਤੋਂ ਘੱਟ ਹੈ, ਉਹਨਾਂ ਲੋਕਾਂ ਨੂੰ ਐਵੇਂ ਫੜ ਫੜ ਜਿਹੜਾ ਚ ਨਾ ਤੁਰੀ ਜਾਓ, ਉਹਨਾਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰੋ, ਜੇ ਉਹ ਸਜ਼ਾ ਦੇ ਭਾਗੀਦਾਰ ਹੋਣਗੇ ਤਾਂ ਜੇਲ੍ਹ ਭੇਜ ਦਿਓ, ਪਰ ਬਿਨਾਂ ਗੱਲੋਂ ਹੀ ਤੁਸੀਂ ਫੜ ਫੜ ਲੋਕਾਂ ਨੂੰ ਉਹੀ ਮੁਕੱਦਮੇ ਦਰਜ ਕਰ ਕਰਕੇ ਜਿਹੜਾ ਚ ਤੁਰੀ ਜਾਣਾ, ਇਹ ਇਨਸਾਫ ਦੇ ਤਕਾਜ਼ੇ ਤੇ ਖਰਾ ਨਹੀਂ ਉਤਰਦਾ। ਸੋ ਪਰ ਇਸ ਮਾਮਲੇ ਦੇ ਵਿੱਚ, ਉਮਰ ਖਾਲਦ ਵਾਲੇ ਮਾਮਲੇ ਦੇ ਵਿੱਚ, ਦੇਸ਼ ਦੀਆਂ ਅਦਾਲਤਾਂ ਨੇ ਵੀ ਜੇਲ੍ਹ ਨਹੀਂ ਬੇਲ ਦੇ ਨਿਯਮ ਨੂੰ ਵੀ ਪਲਟ ਕੇ ਰੱਖਤਾ, ਕਿਦੋਂ ਉਲਟੇ ਫੈਸਲੇ ਸੁਣਾ ਤੇ। ਜ਼ਮਾਨਤ ਦਾ ਵਿਰੋਧ ਪੁਲਿਸ ਨੇ ਤਾਂ ਕਰਨਾ, ਐਨ ਆਈ ਏ ਨੇ ਤਾਂ ਕਰਨਾ, ਦਿੱਲੀ ਪੁਲਿਸ ਨੇ ਵੀ ਕਰਨਾ, ਏਜੰਸੀਆਂ ਨੇ ਕਰਨਾ, ਪਰ ਅਦਾਲਤਾਂ ਨੇ ਦੇਖਣਾ ਹੁੰਦਾ ਵੀ ਤੁਸੀਂ 2-2, 3-3 ਸਾਲ ਲੰਘ ਗਏ, ਉਹਨਾਂ ਦੇ ਖਿਲਾਫ ਹਾਲੇ ਤੱਕ ਚਾਰਜਸ਼ੀਟ ਫਾਈਲ ਨਹੀਂ ਕਰ ਸਕੇ, ਉਹਨਾਂ ਦੇ ਉੱਤੇ ਦੋਸ਼ ਪੱਤਰ ਦਾਖਲ ਨਹੀਂ ਕਰ ਸਕੇ, ਤੇ ਜੇ ਤੁਸੀਂ ਬੰਦੇ ਦੇ ਖਿਲਾਫ ਦੋਸ਼ ਪੱਤਰ ਵੀ ਦਾਖਲ ਨਹੀਂ ਕਰਨਾ ਤੇ ਉਹਦੇ ਉੱਤੇ ਕੀ ਦੋਸ਼ ਨੇ, ਉਹ ਆਪਣੇ ਆਪ ਨੂੰ ਨਿਰਦੋਸ਼ ਕਿਵੇਂ ਸਾਬਤ ਕਰੇ, ਇਹ ਉਹਨੂੰ ਤੁਸੀਂ ਰਾਹ ਹੀ ਨਹੀਂ ਦੇਣਾ ਹੈ, ਤਾਂ ਫਿਰ ਇਨਸਾਫ ਦੀ ਆਸ ਕਿੱਥੋਂ ਕਰੀਏ ਤੁਹਾਡਾ। ਕੁਛ ਦਿਨ ਪਹਿਲਾਂ ਜਿਹੜੇ ਡਾਕਟਰ ਜੀ ਐਨ ਸਾਈ ਬਾਬਾ, ਉਹਨਾਂ ਨੂੰ ਦੁਬਾਰਾ ਜੇਲ੍ਹ ਚ ਸੁੱਟਣ ਦਾ ਹੁਕਮ ਦੇਸ਼ ਦੀ ਉੱਪਰਲੀ ਅਦਾਲਤ ਨੇ ਸੁਣਾ ਤਾ, ਹਾਲਾਂਕਿ ਹਾਈਕੋਰਟ ਨੇ ਉਹਨਾਂ ਨੂੰ, ਬੰਬੇ ਹਾਈਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ, ਇਹ ਵੀ ਕਹਿਤਾ ਸੀ ਵੀ ਇਹਦੇ ਤੇ ਤਾਂ ਕੇਸ ਹੀ ਨਹੀਂ ਬਣਦਾ, ਤੇ ਜੇ ਕੇਸ ਹੀ ਨਹੀਂ ਬਣਦਾ ਫਿਰ ਸੁਪਰੀਮ ਕੋਰਟ ਨੂੰ ਉਹ ਕੇਸ ਬਣਦਾ ਕਿੱਥੋਂ ਦਿਖਾਈ ਦੇਣ ਲੱਗ ਗਿਆ। ਇੱਥੋਂ ਪਤਾ ਲੱਗਦਾ ਵੀ ਆਮ ਤੌਰ ਤੇ ਇਹ ਹੁੰਦਾ ਰਾਣਾ ਜੀ, ਜਦੋਂ ਵੀ ਅਸੀਂ ਕਿਸੇ ਅਦਾਲਤ ਚ, ਚਾਹੇ ਛੋਟੀ ਅਦਾਲਤ ਜਾਈਏ, ਫਿਰ ਦਰਮਿਆਨੀ ਅਦਾਲਤ, ਜ਼ਿਲ੍ਹਾ ਅਦਾਲਤ ਜਾਈਏ, ਜਾਂ ਹਾਈਕੋਰਟ ਜਾਈਏ, ਜਾਂ ਸਿਖਰਲੀ ਅਦਾਲਤ ਜਾਈਏ, ਤਾਂ ਆਮ ਤੌਰ ਤੇ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਦਾਲਤਾਂ ਉਸ ਬੰਦੇ ਨੂੰ ਨਿਰਦੋਸ਼ ਹੀ ਮੰਨਦੀਆਂ ਨੇ, ਦੇਸ਼ ਦਾ ਸੰਵਿਧਾਨ ਵੀ ਉਹਨੂੰ ਉਦੋਂ ਤੱਕ ਨਿਰਦੋਸ਼ ਹੀ ਮੰਨਦਾ। ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ, ਹੁਣ ਦੇਸ਼ ਦੇ ਵਿੱਚ ਜਿਹੜੀ ਨਾਗਰਿਕਾਂ ਦੀ ਆਜ਼ਾਦੀ ਆ ਉਹਨੂੰ ਨਿਸ਼ਚਿਤ ਕਰਨਾ ਬਹੁਤ ਔਖਾ ਹੋ ਗਿਆ, ਉਹ ਤੇ ਜੇ ਕਿਤੇ ਸਮਾਜ ਦੇ ਵਿੱਚ ਆਜ਼ਾਦੀ ਜਿਉਂ ਵੀ ਨਾ ਰਹੇ ਤਾਂ ਫਿਰ ਉਸ ਸਮਾਜ ਦਾ ਕੀ ਬਣਦਾ, ਤਾਂ ਉਹਦਾ ਕੀ ਅਰਥ ਕੱਢਿਆ ਜਾਵੇ। ਜਿਵੇਂ ਅੱਜ ਦੀ ਤਰੀਕ 'ਚ ਸਮਝਣਾ ਬੜਾ ਔਖਾ ਹੈ ਬਈ ਲੋਕਤੰਤਰ ਦੇ ਵਿੱਚ ਆਜ਼ਾਦੀ ਦਾ ਭਾਵ ਕੀ ਹੁੰਦਾ, ਉਦੋਂ ਜਿਉਂਦਾ ਰਹਿੰਦਾ ਜਦੋਂ ਸੱਤਾ ਸਰਕਾਰ ਦੇ ਵਿੱਚ ਵਿਰੋਧੀ ਧਿਰ ਦੀ, ਵਿਰੋਧੀ ਧਿਰ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਵੇ, ਤੇ ਉਹ ਵਿਰੋਧੀ ਧਿਰ ਆਜ਼ਾਦ ਹੋਵੇ ਸਰਕਾਰ ਦੀ ਆਲੋਚਨਾ ਕਰਨ ਲਈ। ਪਰ ਜਿਹੜੀ ਭਾਰਤ ਦੀ ਨਿਆਂ ਪ੍ਰਣਾਲੀ ਆ ਉਹ ਇਸ ਵੇਲੇ ਸਰਕਾਰ ਦੇ ਵਿਰੋਧੀਆਂ ਦੀ ਆਜ਼ਾਦੀ ਨੂੰ ਬਰਦਾਸ਼ਤ ਕਰ ਨਹੀਂ ਰਹੀ। ਇਹ ਮਾਮਲਾ ਉਮਰ ਖਾਲਦ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਪਹਿਲਾਂ ਬੰਬੇ ਹਾਈਕੋਰਟ ਦੇ ਵੱਲੋਂ ਕਬੀਰ ਕਲਾ ਮੰਚ ਦੀ ਗਾਇਕਾ ਜੋਤੀ ਜਗਤਾਪ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰਨ ਤੋਂ ਹੀ ਸਾਫ਼ ਹੋ ਗਿਆ ਸੀ। ਫਿਰ ਵੀ ਇੱਕ ਹਲਕੀ ਜਿਹੀ ਉਮੀਦ ਨਿਆਂ ਪ੍ਰਣਾਲੀ 'ਚ ਕਿਤੇ ਨਾ ਕਿਤੇ ਇਹ ਵਿਚਾਰ ਜਿਉਂਦਾ ਰਹਿ ਗਿਆ ਹੋਊਗਾ ਵੀ ਨਹੀਂ ਅਦਾਲਤ ਤੋਂ ਇਨਸਾਫ਼ ਮਿਲ ਸਕਦਾ। ਪਰ ਜਦੋਂ ਉਮਰ ਖਾਲਦ ਦੀ ਅਰਜ਼ੀ ਖਾਰਜ ਕੀਤੀ ਤਾਂ ਹੁਣ ਜਿਹੜੇ ਲੋਕੀ ਅਦਾਲਤਾਂ ਦੇ ਉੱਤੇ ਪਹਿਲੇ ਦਿਨ ਤੋਂ ਸ਼ੱਕ ਕਰ ਰਹੇ ਨੇ ਉਹਨਾਂ ਦੀ ਸ਼ੱਕ ਪੱਕੀ ਹੁੰਦੀ ਜਾ ਰਹੀ। ਹਾਲਾਂਕਿ ਭਾਰਤ ਦੇ ਵਿੱਚ ਲੋਕਤੰਤਰ ਦੀ ਗੱਲ ਬੜੇ ਚਿਰ ਤੋਂ ਕਹੀ ਜਾ ਰਹੀ, ਔਰ ਜਦੋਂ ਦੇਸ਼ ਦੀਆਂ ਅਦਾਲਤਾਂ ਨਹਿਰੂ ਦੀ ਆੜ ਲੈ ਕੇ ਇਹ ਕਹਿ ਦੇਣ ਵੀ ਠੀਕ ਹੈ ਭਾਰਤ 'ਚ ਲੋਕਤੰਤਰ ਤਾਂ ਆ ਗਿਆ ਪਰ ਇੱਥੇ ਇਨਕਲਾਬ ਸ਼ਬਦ ਦਾ ਇਸਤੇਮਾਲ ਨਾ ਸਿਰਫ ਅਪ੍ਰਸੰਗਿਕ ਹੈ ਸਗੋਂ ਖਤਰਨਾਕ ਵੀ ਹੈ। ਦੇਖੋ ਉਹੀ ਅਦਾਲਤ ਜਿਹੜੀ ਇਹ ਕਹਿੰਦੀ ਆ ਵੀ ਖਾਲਿਸਤਾਨ ਦਾ ਨਾਰਾ ਲਾਉਣਾ
गैर संविधानक नहीं है जब तक वह खून खराबे का राह नहीं चुनते। जे वह सिर्फ बोल के आवाज कड के बह उची करके खालिस्तान जिंदाबाद कहते रहे तो किसी को कोई इतराज नहीं होना चाहिए। पर इतने उमर खालिद के उत्ते इस गल का इतराज किया गया भी उन्हें इनकलाब जिंदाबाद शब्द की वरतों की है। तो यह जरा अज की तरीक भावें देश के लोकतंत्र हैगा पर लोकतंत्र होने के बाद भी एक खतरनाक है। हालांकि इस तो पहला अदालत ने यह भी कहा भी तुसी भावें जो नारा लाया उदो हस के बोले चेहरे से तुहाडे मुस्कुराहट थी ते पर इहदा मतलब यह तो नहीं है भी तुहानूं तुहाडा इरादा जिहड़ा उह मुजरमाना नहीं मनिया जाऊगा। हासे दे नाल भी तो कहते खून खराबा करन दी जिहड़ी इजाजत आ उह किसे नूं दित्ती नहीं जा सकती ते दसण दी लोड़ नहीं है। तो उमर खालिद दे हासे पिछे भी कहते कि साजिश हो सकती है ते उमर खालिद की जमानत ना मंजूर किए जाने की अदालत की दलील जे देखो ध्यान नाल तां दलील का मतलब तो स्पष्ट हो जाता है। अदालत का कहना यह है कि इनकलाब जिंदाबाद जां क्रांतिकारी सलाम का मतलब होगा खून खराबे लई अकसाउणा। जबकि देश के बहुत सारे हिस्सों के बहुत सारे सरकारी दफ्तर ईवन पंजाब की तो सरकार ने ऐलान करके अपने हर दफ्तर के भगत सिंह की तस्वीर लाने का ऐलान कर रखे। जबकि इस इनकलाब जिंदाबाद के नारे का सब तो वड्डा सेहरा जे किसी के सिर वजदा तो वह भारत के इन्हों पहले क्रांतिकारियों के सिर वजदा जिन्हों के भगत सिंह का नाम सारे नो उत्ते लिया जा सकता। पर देश की अदालत कहती है भी तुम क्रांतिकारी सलाम करते हो तुम्हें यदा मतलब है तुसी खून खराबा करना चाहो कि तुसी क्रांतिकारी तो पहला अहिंसक विश्लेषण लाया। यह सवाल पूछे अदालत ने थोड़ा जी उमर खालिद नूं भई की तुसी जदों क्रांतिकारी सलाम कहा इनकलाब जिंदाबाद कहा तो की तुसी उस तो पहला ही बोलिया सीगा भई मैं खून खराबा नहीं चाहुंदा इनकलाब जिंदाबाद। तो इहदा मतलब है हुण आपां नूं नारा इस तरह लाना पै करूंगा मैं खून खराबा नहीं चाहता इनकलाब जिंदाबाद। अदालत पूछती है भी फिर कहते भी थोड़े इनकलाब जिंदाबाद या क्रांतिकारी जिहड़ा तुसी सलाम कहने हो उन्हूं क्यों ना मनिया जाए जो तुसी खून खराबे लई उकसा रहे हो। अदालत का ख्याल है कि इनकलाब जिहड़ा वा शब्द का इस्तेमाल भगत सिंह दे जे हवाले का जिक्र करिए कि असी गांधी नहरू पटेल सरोजनी नायडू के उन्होंने लेखा भाषण च इनकलाब शब्द की वरतों की उदाहरण दे के अदालत को यह समझाने की कोशिश कर सकते हैं भी इनकलाब का मतलब गोली साड़ फूक कतल कदे भी नहीं होंदा। कि अदालत को असी पूछिए भी इनकलाब का नारा लाते हुए असी बचपन तो वड्डे हो गए तो कि जिन्हां लोगों ने हुण तक देश दे विच इनकलाब जिंदाबाद के नारे लाए ने वह सारे लोग भारत च खून खराबा करना चाहते थे कि जो खून खराबा करना चाहते थे फिर तो नहरू में भी भारत का प्रधानमंत्री नहीं सी बनना चाहिए सरोजनी नायडू तो पटेल में या महात्मा गांधी को भी फिर तो याद नहीं सी करना चाहिए। जमानत की जो बहस हो रही थी जमानत के उत्ते थोड़ा जी तो हैरानी की गल यह भाई अदालत ने उन्हों उमर खालिद को पहली नजर च ही अपराधी मान लिया जल्दी उन्हों जिहड़े दिल्ली पुलिस या एन आई ए या जिहड़ियां होर एजेंसियां उन्हों कटहरे च खड़ा कर दियां ने ले जाके अदालत दे च भी यह बंदा देश दे विच खून खराबा करना चाहुंदा या इहदी मनशा कोई होर है तो जब तक वह साबित नहीं हुंदा टवाणा जी उन्नी देर तक अदालत की निगाह च उमर खालिद निर्दोष होना चाहिए पर इतने काम उल्ट हो गया भाई अदालत ने तो उन्होंने पहली नजर च अपराधी मान लिया। वो कहते हैं भी दिल्ली तो बहुत दूर महाराष्ट्र के अमरावती दिते उमर के भाषण बारे अदालत का ख्याल है कि उसका असर अणगिणत मील दूर दिल्ली दी औरतों उत्ते पिया तो वह सड़क जाम कर निकल पिया
ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ। ਉਹ ਭਾਸ਼ਣ ਵਿੱਚ ਉਮਰ ਕਹਿ ਰਹੇ ਨੇ ਕਿ ਅੰਦੋਲਨ ਅਹਿੰਸਕ ਹੋਣਾ ਚਾਹੀਦਾ, ਹਾਲਾਂਕਿ ਉਮਰ ਖਾਲਦ ਨੇ ਇਹ ਗੱਲ ਕਹੀ ਹੈ ਉਸ ਭਾਸ਼ਣ ਦੇ ਵਿੱਚ ਵੀ ਇਹਦਾ ਜਿਹੜਾ ਸਾਡਾ ਅੰਦੋਲਨ ਹੈ ਉਹ ਅਹਿੰਸਕ ਹੋਣਾ ਚਾਹੀਦਾ, ਜੇਕਰ ਸਾਡੇ ਖਿਲਾਫ ਹਿੰਸਾ ਹੋਵੇ। ਉਮਰ ਖਾਲਦ ਨੇ ਭਾਸ਼ਣ 'ਚ ਵੀ ਗੱਲ ਕਹੀ ਵੀ ਜੇ ਸਾਡੇ ਖਿਲਾਫ ਹਿੰਸਾ ਹੋਵੇ ਤਾਂ ਉਸਦਾ ਜਵਾਬ ਤਿਰੰਗਾ ਉੱਚਾ ਕਰਕੇ ਦੇਣਾ ਚਾਹੀਦਾ। ਉਮਰ ਖਾਲਦ ਨੇ ਤਾਂ ਕਿਤੇ ਨਹੀਂ ਕਿਹਾ ਵੀ ਖੂਨ ਖਰਾਬਾ ਕਰਨਾ ਵਾ, ਉਹਨੇ ਤਾਂ ਸਗੋਂ ਇਹ ਕਿਹਾ ਵੀ ਜੇ ਸਾਡੇ ਖਿਲਾਫ ਵੀ ਹਿੰਸਾ ਹੁੰਦੀ ਆ ਤਾਂ ਅਸੀਂ ਉਹਦਾ ਜਵਾਬ ਹਿੰਸਾ 'ਚ ਨਹੀਂ ਦੇਣਾ, ਅਸੀਂ ਤਾਂ ਭਾਰਤ ਦਾ ਝੰਡਾ ਤਿਰੰਗਾ ਉੱਚਾ ਕਰਕੇ ਉਹਦਾ ਜਵਾਬ ਦੇਣਾ। ਲੇਕਿਨ ਅਦਾਲਤ ਅਟਕ ਗਈ ਇਸ ਗੱਲ ਦੇ ਉੱਤੇ, ਇਨਕਲਾਬੀ ਸਲਾਮ ਦੇ ਉੱਤੇ, ਇਨਕਲਾਬ ਸ਼ਬਦ ਦੇ ਉੱਤੇ, ਤੇ ਉਮਰ ਵਰਗੇ ਪੜ੍ਹੇ ਲਿਖੇ ਤੇ ਚਤਰ ਨੌਜਵਾਨ ਦੇ ਇਨਕਲਾਬ ਸ਼ਬਦ ਦਾ ਇਸਤੇਮਾਲ ਕਰਕੇ ਕਹਿੰਦੇ ਇਸ਼ਾਰੇ 'ਚ ਖੂਨ ਖਰਾਬੇ ਦਾ ਉਕਸਾਵਾ ਦਿੱਤਾ। ਕਹਿੰਦੇ ਭਾਵੇਂ ਉਹਨੇ ਉਹਦਾ ਨਾਰਾ ਲਾਉਣ ਦਾ ਤਰੀਕਾ ਆਇਆ ਸੀ ਪਰ ਇਹਦੇ ਪਿੱਛੇ ਇਸ਼ਾਰਾ ਸੀ ਵੀ ਤੁਸੀਂ ਚੱਕ ਦੋ ਫਿੱਟੇ। ਦਿੱਲੀ ਦੀਆਂ ਔਰਤਾਂ ਨੇ ਉਸ ਨੂੰ ਸਮਝ ਕੇ ਖੂਨ ਖਰਾਬਾ ਕੀਤਾ। ਹੁਣ ਤੁਸੀਂ ਦੱਸੋ ਟਵਾੜਾ ਜੀ, ਸ਼ਾਹੀਨ ਬਾਗ ਦੇ ਵਿੱਚ ਕਿੰਨਾ ਲੰਬਾ ਅਰਸਾ ਉੱਥੇ ਅੰਦੋਲਨ ਚੱਲਿਆ, ਕਿਸੇ ਔਰਤ ਨੇ ਖੂਨ ਖਰਾਬਾ ਕੀਤਾ ਉੱਥੇ? ਕਿਸੇ ਨੇ ਨੀ ਕੀਤਾ, ਬਲਕਿ ਉਲਟਾ ਉਹਨਾਂ ਦੇ ਖਿਲਾਫ ਉੱਥੇ ਕੋਈ ਬੰਦਾ ਪਿਸਤੌਲ ਲੈ ਕੇ ਜਾਂਦਾ ਤੇ ਗੋਲੀਆਂ ਸਿੱਧੀਆਂ ਮਾਰਦਾ। ਤੇ ਦਿੱਲੀ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬੀਜੇਪੀ ਦੇ ਬਹੁਤ ਨੇਤਾ ਉਹਨਾਂ ਔਰਤਾਂ ਬਾਰੇ ਬੜੇ ਮੰਦੇ ਬਿਆਨ ਦਿੰਦੇ ਨੇ, ਇੱਥੋਂ ਤੱਕ ਕਿਹਾ ਜਾਂਦਾ ਉੱਥੇ ਬਰਿਆਨੀ ਪਰੋਸੀ ਜਾ ਰਹੀ ਆ, ਤੇ ਇਹ ਜਿਹੜਾ ਸਾਰਾ ਕੁਛ ਕਿਹਾ ਜਾ ਰਿਹਾ। ਤੇ ਦਿੱਲੀ ਦੀ ਪੁਲਿਸ ਦੀ ਇਹ ਕਹਾਣੀ ਜਿਹਦੇ ਉੱਤੇ ਅਦਾਲਤ ਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਸੀ, ਅਦਾਲਤ ਨੇ ਉਹਦੇ ਉੱਤੇ ਭਰੋਸਾ ਕੀਤਾ। ਤੇ ਦਿੱਲੀ ਦੀ ਉੱਚ ਅਦਾਲਤ ਦੇ ਫੈਸਲੇ ਦਾ ਦੇ ਨਾਲ ਭਾਰਤ ਦੇ ਸਾਰੇ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੀ ਜਦੋਂ ਅਦਾਲਤਾਂ ਵੀ ਪੁਲਿਸ ਦੇ ਸੁਰ 'ਚ ਸੁਰ ਮਿਲਾਉਣ ਲੱਗ ਜਾਣਗੀਆਂ ਤੇ ਫਿਰ ਸਰਕਾਰ ਦੀ ਨੀਤੀ ਉਸਦੇ ਕਾਨੂੰਨ ਦੇ ਖਿਲਾਫ, ਤੇ ਜਿਹੜਾ ਫਿਰ ਕੋਈ ਵੀ ਬੋਲੂਗਾ ਜਾਂ ਨਵੇਂ ਬਣਨ ਵਾਲੇ ਕਾਨੂੰਨ ਦੀ ਜੇ ਕੋਈ ਵਿਰੋਧਤਾ ਕਰਦਾ ਜਾਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕੋਈ ਬੰਦਾ ਮੂੰਹ ਖੋਲਦਾ ਤਾਂ ਇਹਦਾ ਮਤਲਬ ਉਹ ਤਾਂ ਫਿਰ ਅਪਰਾਧੀ ਹੋ ਗਿਆ। ਦੇਸ਼ ਵਿੱਚ ਨਾਗਰਿਕਤਾ ਕੋਧ ਕਾਨੂੰਨ ਦੇ ਖਿਲਾਫ ਅੰਦੋਲਨ ਦੇ ਬਾਰੇ 'ਚ ਅਦਾਲਤ ਕਹਿੰਦੀ ਆ ਵੀ ਇਹ ਅੰਦੋਲਨ ਆਮ ਅੰਦੋਲਨਾਂ ਵਰਗਾ ਅੰਦੋਲਨ ਨਹੀਂ ਹੈ, ਜਾਣੀ ਹਿੰਸਾ ਇਸ ਅੰਦੋਲਨ ਦੇ ਕਾਰਨ ਹੋਈ ਆ। ਹਫ਼ਤਿਆਂ ਤੱਕ ਸ਼ਾਹੀਨ ਬਾਗ ਤੇ ਹੋਰ 20 ਸਥਾਨਾਂ ਦੇ ਉੱਤੇ ਹੱਡ ਚੀਰ ਦੀ ਠੰਡ ਦਾ ਸਾਹਮਣਾ ਕਰਦੇ ਹੋਏ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਹਿੰਸਾ ਦੀ ਸਾਜ਼ਿਸ਼ ਚੱਲ ਰਹੀ ਸੀ। ਇਹ ਦਿੱਲੀ ਪੁਲਿਸ ਤੇ ਅਦਾਲਤ ਦੋਨਾਂ ਦਾ ਮੰਨਣਾ, ਉਮਰ ਖਾਲਦ ਤੇ ਹੋਰ ਲੋਕਾਂ ਦੇ ਨਾਲ ਹਿੰਸਾ ਦੀ ਚਾਲ ਚੱਲ ਰਹੇ ਸੀ, ਇਹ ਵੀ ਉਹਦੇ ਉੱਤੇ ਦੋਸ਼ ਹੈ। ਤੇ ਇਸ ਦਲੀਲ ਨਾਲ ਤਾਂ ਫਿਰ ਹਰ ਅੰਦੋਲਨ ਅਪਰਾਧ ਬਣਾ ਦਿੱਤਾ ਜਾਊਗਾ। ਕਰਨਾ ਸਿਰਫ ਇਹ ਹੈ ਵੀ ਅੰਦੋਲਨ ਉੱਤੇ ਹਮਲਾ ਕਰ ਦਿਓ ਤੇ ਉਸ ਦੇ ਲਈ ਅੰਦੋਲਨ ਨੂੰ ਜ਼ਿੰਮੇਵਾਰ ਠਹਿਰਾ ਦਿਓ। ਇਹੀ ਸ਼ਾਹੀਨ ਬਾਗ 'ਚ ਹੋਇਆ, ਇਹੀ ਕਿਸਾਨ ਅੰਦੋਲਨ 'ਚ ਹੋਇਆ, ਇਹੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਹਰ ਅੰਦੋਲਨ ਦੇ ਵਿੱਚ ਜਨਤਾ ਦੇ ਨਾਲ ਹੋਊਗਾ। ਤੇ ਦਿੱਲੀ ਪੁਲਿਸ ਦੀ ਜਾਂਚ ਤੋਂ ਸਪਸ਼ਟ ਹੈ ਕਿ ਉਹਦੀ ਦਿਲਚਸਪੀ ਫਰਵਰੀ 2020 ਦੀ ਦਿੱਲੀ ਹਿੰਸਾ ਦਾ ਕਾਰਨ ਜਾਣਨ ਵਿੱਚ ਨਹੀਂ ਸੀਗੀ, ਬਲਕਿ ਉਹਦੇ ਲਈ ਜ਼ਿੰਮੇਵਾਰ ਮੁਲਜ਼ਮਾਂ ਦੀ ਖੋਜ ਕਰਨ ਵਿੱਚ ਵੀ ਨਹੀਂ ਸੀ। ਉਲਟਾ CAA ਵਿਰੋਧੀ ਕਾਨੂੰਨ ਵਿਰੋਧੀ ਅੰਦੋਲਨ ਨੇ ਉਹਨਾਂ ਨੇ ਜੁਰਮ ਮੰਨ ਲਿਆ ਤੇ ਉਹਦੇ ਖਿਲਾਫ ਉਹਨੂੰ ਸਾਜ਼ਿਸ਼ ਮੰਨ ਲਿਆ ਦੇਸ਼ ਦੇ ਖਿਲਾਫ, ਤੇ ਉਸ ਖੂਨ ਖਰਾਬੇ ਲਈ ਸਾਜ਼ਿਸ਼ਕਾਰੀ ਜਾਂ ਹਿੰਸਾ ਜਿਹੜੀ ਆ ਉਹਦੇ 'ਚ ਹਰੇਕ ਨੂੰ ਸ਼ਾਮਲ ਮੰਨਿਆ ਜਾ ਰਿਹਾ ਤੇ ਵਾਰ ਵਾਰ ਪੁੱਛਿਆ ਜਾ ਚੁੱਕਿਆ। ਤੇ ਉਹ ਵੀ ਅਦਾਲਤੀ ਪੁੱਛ ਚੁੱਕੀ ਆ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੇਤਾ ਹਿੰਸਾ ਦੀ ਧਮਕੀ ਦੇ ਰਹੇ ਸੀ ਉਹਨਾਂ ਦੇ ਖਿਲਾਫ ਹਾਲ ਤੱਕ FIR ਵੀ ਦਰਜ ਨਹੀਂ ਕੀਤੀ ਗਈ। ਆਖਿਰ ਹਿੰਸਾ ਇਸ ਧਮਕੀ ਦੇ ਬਾਅਦ ਸ਼ੁਰੂ ਹੋਈ ਸੀ ਤੇ ਹਿੰਸਾ 'ਚ ਸ਼ਾਮਲ ਕੌਣ ਸੀ? ਹਾਲ ਹੀ ਦੇ ਵਿੱਚ ਭਾਜਪਾ ਦੇ ਇੱਕ ਨੇਤਾ ਨੇ ਤਾਂ ਖੁੱਲੇ ਤੌਰ ਤੇ ਕਿਹਾ ਵੀ ਉਹਨਾਂ ਦੇ ਲੋਕ ਹਿੰਸਾ 'ਚ ਸ਼ਾਮਲ ਸੀ, ਲੇਕਿਨ ਉਸ ਨੇਤਾ ਨੂੰ ਤਾਂ ਹਾਲੇ ਤੱਕ ਪੁੱਛਗਿੱਛ ਵੀ ਨਹੀਂ ਹੋਈ। ਫਿਰ ਕਿਸੇ ਬਹਿਸ ਦਾ ਤਰਕ ਜਾਂ ਵਿਤਰਕ ਦਾ ਫਾਇਦਾ ਕੀ ਆ? ਜੋ ਗੱਲ ਭਾਰਤ ਦੀਆਂ ਅਦਾਲਤਾਂ ਸਾਨੂੰ ਦੱਸ ਰਹੀਆਂ ਨੇ ਕਿ ਜੇਕਰ ਤੁਸੀਂ ਸਰਕਾਰ ਦੀ ਆਲੋਚਨਾ ਕੀਤੀ ਤੇ ਜੇਕਰ ਤੁਸੀਂ ਮੁਸਲਮਾਨ ਹੋ ਤਾਂ ਤੁਹਾਡੇ ਖਿਲਾਫ ਹਿੰਸਾ ਕੀਤੀ ਜਾਵੇਗੀ ਤੇ ਉਹਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਜਾਊਗਾ। ਉਮਰ ਖਾਲਦ ਦਾ ਦੋਸ਼ ਸਿਰਫ ਇਹ ਆ ਕਿ ਉਹਦਾ ਨਾਂ ਉਮਰ ਖਾਲਦ ਆ। ਅਦਾਲਤ ਨੂੰ ਹੁਣ ਸਾਰੇ ਸੰਕੋਚ ਛੱਡ ਕੇ ਇਹ ਕਹਿ ਹੀ ਦੇਣਾ ਚਾਹੀਦਾ ਵੀ ਹੁਣ ਭਾਰਤ ਦੇ ਵਿੱਚ ਮੁਸਲਮਾਨ ਹੋਣ ਦਾ ਮਤਲਬ ਅਪਰਾਧੀ ਹੁੰਦਾ। ਜੀ ਤੁਹਾਡਾ ਗਿੱਲ ਸਾਹਿਬ, ਤੁਸੀਂ ਕਈ ਵਾਰੀ ਜ਼ਿਕਰ ਕੀਤਾ ਇਸ ਗੱਲ ਦੇ ਵਿੱਚ, ਚਲੋ ਉਮਰ ਖਾਲਦ ਦਾ ਮੰਨ ਲਿਆ ਤੁਹਾਡੀ ਗੱਲ ਕਹਿਣ ਦੇ ਉੱਤੇ ਕਿ ਮੁਸਲਮਾਨ ਸੀ,
ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਦੀ ਵੱਡੀ ਕ੍ਰਾਂਤੀ ਦਾ ਹਿੱਸੇਦਾਰ ਰਹੇ ਨੇ, ਮੋਹਰੀ ਰਹੇ ਨੇ ਜੀ, ਤੇ ਦੇਸ਼ ਭਗਤ ਸੀ। ਪਰ ਸਿਮਰਨਜੀਤ ਸਿੰਘ ਮਾਨ ਵਰਗੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ, ਵੀ ਉਹ ਅੱਤਵਾਦੀ ਸੀ। ਜਦੋਂ ਮਾਨ ਵਰਗੇ ਅੱਤਵਾਦੀ ਕਹਿੰਦੇ ਨੇ ਤਾਂ ਇਹਨਾਂ ਲੋਕਾਂ ਨੂੰ ਹੋਰ ਹੁਣ ਤਾਂ ਮੌਕਾ ਮਿਲੂਗਾ ਹੀ ਨਾ, ਵੀ ਜਿਹੇ ਲੋਕਾਂ ਨੂੰ ਅੱਤਵਾਦੀ ਕਹਿ ਦਿਓ, ਰੌਲਾ ਤਾਂ ਇਹ ਵੀ ਹੈ। ਹਾਂ ਥੋੜ੍ਹਾ ਜੀ, ਕੁਛ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਸਿਮਰਜੀਤ ਮਾਨ ਨੇ ਕਿਹਾ ਵੀ ਸੰਤ ਦੇਸ਼ ਦੀ ਜਿਹੜੀ ਸਾਰਿਆਂ ਨਾਲੋਂ ਵੱਡੀ ਅਦਾਲਤ ਆ ਸੁਪਰੀਮ ਕੋਰਟ, ਉਹ ਕਹਿੰਦੀ ਹੈ ਵੀ ਖਾਲਿਸਤਾਨ ਜਿੰਦਾਬਾਦ ਕਹਿਣਾ ਕੋਈ ਗੁਨਾਹ ਨਹੀਂ ਹੈ। ਪਰ ਹੁਣ ਦੇਸ਼ ਦੀ ਸੁਪਰੀਮ ਕੋਰਟ ਇਹ ਕਹਿੰਦੀ ਆ ਵੀ ਇਨਕਲਾਬ ਜਿੰਦਾਬਾਦ ਕਹਿਣਾ ਇਹਦੇ ਪਿੱਛੇ ਖੂਨ ਖਰਾਬੇ ਦਾ ਇਸ਼ਾਰਾ ਹੋ ਸਕਦਾ ਵਾ, ਲੇਕਿਨ ਖਾਲਿਸਤਾਨ ਜਿੰਦਾਬਾਦ ਕਹਿਣ ਨਾਲ ਖੂਨ ਖਰਾਬੇ ਦਾ ਇਸ਼ਾਰਾ ਨਹੀਂ ਹੁੰਦਾ। ਉਹੀ ਤਾਂ ਗੱਲ ਹੈ, ਕਮਾਲ ਹੈ। ਚਲੋ ਹਾਂਜੀ, ਦੇਖਦੇ ਆ ਜੀ ਕੌਣ ਕਿੱਧਰ ਨੂੰ ਜਾਊਗਾ, ਆਉਣ ਵਾਲਾ ਸਮਾਂ ਦੱਸੂਗਾ। ਇੱਕ ਬ੍ਰੇਕ ਲੈ ਲਈਏ ਗਿੱਲ ਸਾਹਿਬ, ਬ੍ਰੇਕ ਤੋਂ ਮਗਰੋਂ ਅਗਲੇ ਮੁੱਦੇ ਵੱਲ ਚੱਲਦੇ ਜੀ। ਆਪਣੇ ਰਕੇਸ਼ ਭਾਜੀ ਕਿੰਨੇ ਚੰਗੇ ਨੇ, ਸੁਨੀਤਾ ਭੈਣ ਜੀ ਦਾ ਕਿੰਨਾ ਧਿਆਨ ਰੱਖਦੇ ਨੇ। ਏਦਾਂ ਦਾ ਕੀ ਕਰਤਾ ਰਕੇਸ਼ ਨੇ ਜਿਹੜੇ ਤੂੰ ਉਹਦੇ ਤਾਰੀਫਾਂ ਦੇ ਪੁਲ ਬੰਨੀ ਜਾਣੀ ਹੈ। ਸੁਨੀਤਾ ਭੈਣ ਜੀ ਦੀ ਲਾਈਫ ਨੂੰ ਪੂਰੀ ਤਰ੍ਹਾਂ ਸਿਕਿਓਰ ਕਰਤਾ ਉਹਨਾਂ ਨੇ। ਉਹ ਕਿੱਦਾਂ? ਇੰਸ਼ੋਰੈਂਸ ਕਰਾ ਕੇ, ਘਰ ਦੀ, ਗੱਡੀ ਦੀ, ਹੈਲਥ ਦੀ, ਸਭ ਸਿਕਿਓਰ ਹੈ ਉਹਨਾਂ ਦੀ ਫੈਮਿਲੀ ਦਾ। ਪਰ ਇੰਸ਼ੋਰੈਂਸ ਕਰਾਈਏ ਕਿਸ ਤੋਂ? ਤੈਨੂੰ ਤਾਂ ਪਤਾ ਹੀ ਹੈ ਟਰਮਸ ਐਂਡ ਕੰਡੀਸ਼ਨ ਵਾਲੇ ਚੱਕਰ 'ਚ ਪਹਿਲਾਂ ਕੁਛ ਹੋਰ ਤੇ ਬਾਅਦ 'ਚ ਕੁਛ ਹੋਰ ਨਿਕਲਦਾ ਹੈ। ਫਿਰ ਤੁਸੀਂ ਇੱਕ ਵਾਰ ਪੌਲ ਇੰਸ਼ੋਰੈਂਸ ਵਾਲੇ ਪੌਲ ਤਨੇਜਾ ਜੀ ਨੂੰ ਜ਼ਰੂਰ ਮਿਲੋ। ਟਰੈਕਿੰਗ ਵਾਲੇ ਵੀਰਾਂ ਲਈ ਆਟੋ ਤੇ ਹੋਮ ਇੰਸ਼ੋਰੈਂਸ ਤੇ ਸਪੈਸ਼ਲ ਡਿਸਕਾਊਂਟ, ਨਾਲ ਹੀ ਜੇ ਤੁਸੀਂ ਕਿਸੇ ਹੋਰ ਪ੍ਰੋਫੈਸ਼ਨ ਜਿਵੇਂ ਰੀਅਲ ਸਟੇਟ, ਮੌਰਗੇਜ, ਅਕਾਊਂਟਿੰਗ ਜਾਂ ਨਰਸ ਦੀ ਫੀਲਡ ਵਿੱਚ ਕੰਮ ਕਰਦੇ ਹੋ ਤਾਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ 51% ਤੱਕ ਘੱਟ ਕਰਵਾ ਸਕਦੇ ਹੋ। ਡਿਸੇਬਿਲਿਟੀ ਤੇ ਸਪੈਸ਼ਲ ਪੈਕੇਜ ਅਵੇਲੇਬਲ ਹੈ। ਵਰਕ ਪਰਮਿਟ ਵਾਲੇ ਵੀ ਡਿਸੇਬਿਲਿਟੀ ਤੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ। ਆਪਣੇ ਪ੍ਰੋਫੈਸ਼ਨ ਤੇ ਡਿਸਕਾਊਂਟ ਬਾਰੇ ਜਾਣਨ ਲਈ ਇਹਨਾਂ ਨੂੰ ਜ਼ਰੂਰ ਪੁੱਛੋ। ਪੌਲਸ ਇੰਸ਼ੋਰੈਂਸ ਬ੍ਰੋਕਰ ਡੀਲਿੰਗ ਵਿਦ ਆਟੋ, ਹੋਮ, ਡਿਸੇਬਿਲਿਟੀ, ਸੁਪਰਵੀਜ਼ਰ ਲਾਈਫ ਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ। ਅੱਜ ਹੀ ਕਾਲ ਕਰੋ 647-408-4039, ਨੰਬਰ ਫੇਰ ਨੋਟ ਕਰ ਲਓ 647-408-4039, ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ paulsinsurance.ca। ਸੋ ਯਾਦ ਰੱਖੋ, ਪੌਲਸ ਇੰਸ਼ੋਰੈਂਸ, ਇੰਸ਼ੋਰ ਵੀ ਤੇ ਸਿਕਿਓਰ ਵੀ। ਗੱਲ ਸਾਹਿਬ, ਜਿਹੜੀ ਤੁਸੀਂ ਅਗਲਾ ਮੁੱਦਾ ਭੇਜਿਆ ਨਾ, ਉਹ ਮੇਰੇ ਦਿਮਾਗ ਚ ਨਹੀਂ ਵੜ ਰਿਹਾ। ਜਾਂ ਤਾਂ ਮੈਂ ਗਲਤ ਹੈ ਜਾਂ ਤੁਸੀਂ ਗਲਤ ਹੋ। ਨਹੀਂ ਤੁਸੀਂ, ਮੈਂ ਹੀ ਗਲਤ ਹੈ, ਤੁਸੀਂ ਨਹੀਂ ਗਲਤ। ਅਸਲ ਤੋਂ ਗਲਤ ਖਬਰ ਚੱਕਿਆ ਗਿਆ। ਮੈਂ ਗੱਲ ਕਰਨੀ ਚਾਹੁੰਦਾ ਸੀ ਇਸ ਮਾਮਲੇ ਤੇ। ਨਹੀਂ ਨਹੀਂ, ਮੈਂ ਤਾਂ ਤੁਹਾਨੂੰ ਪੁੱਛਿਆ ਨੀ, ਉਹ ਤਾਂ ਪੁੱਛਿਆ ਨੀ ਅਜੇ ਤਾਂ। ਮੈਂ ਤੁਸੀਂ ਪਹਿਲਾਂ ਤੋੜ ਲਿਆ, ਮੇਰੀ ਤਾਂ ਗੱਲ ਸੁਣ ਪਹਿਲਾਂ, ਤਾਂ ਹੀ ਦੱਸੋਗੇ ਨਾ ਮੈਂ ਗਲਤ ਹੈ ਕਿ ਤੁਸੀਂ। ਤੁਸੀਂ ਇਹ ਕਿਹਾ, ਮੈਨੂੰ ਅੰਦਾਜ਼ਾ ਲੱਗ ਗਿਆ ਵੀ ਪ੍ਰਾਇਮਰੀ ਸਕੂਲ ਚ ਜੋ ਪੜ੍ਹਾਇਆ ਗਿਆ ਸੀ ਕਿ ਭਾਸ਼ਾ ਉਹ ਮਾਧਿਅਮ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ, ਪਰ ਮੈਂ ਇਹਦੇ ਉਲਟਾ। ਮੈਂ ਕਹਿੰਦਾ ਪ੍ਰਾਇਮਰੀ ਸਕੂਲ ਦੇ ਵਿੱਚ ਸ਼ਾਇਦ ਇਹ ਪੜ੍ਹਾਇਆ ਗਿਆ ਸੀ ਕਿ ਭਾਜਪਾ ਉਹ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਪੇਸ਼ ਕਰਦੇ। ਬਿਲਕੁਲ, ਤੁਸੀਂ ਅੰਦਾਜ਼ਾ ਸਹੀ ਲਾ ਲਿਆ, ਅੰਦਾਜ਼ਾ ਤੁਹਾਡਾ ਸਹੀ ਆ। ਥੋੜਾ ਜੀ ਮੇਰੇ, ਜਦੋਂ ਮੈਂ ਇਹ ਕੱਲ ਦੇਖ ਰਿਹਾ ਸੀ ਨਾ, ਪੜ੍ਹ ਰਿਹਾ ਸੀ, ਤਾਂ ਉਦੋਂ ਮੇਰੀ ਅੱਖਾਂ ਦੇ ਸਾਹਮਣੇ ਇੱਕ ਤਸਵੀਰ ਆ ਰਹੀ ਸੀ। ਉਹ ਤਸਵੀਰ ਸੀ ਵੀ ਅਮਿਤ ਸ਼ਾਹ ਜੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਨੇ, ਤੁਸੀਂ ਹੈਰਾਨ ਹੋਵੋਗੇ। ਆਪਾਂ ਅੱਗੇ ਵੀ ਕਈ ਵਾਰ ਚਰਚਾ ਕੀਤੀ ਇਹਦੇ ਉੱਤੇ, ਕਈ ਵਾਰ ਚਰਚਾ ਕੀਤੀ ਆ ਵੀ ਸਾਡੇ ਮੁਲਕ ਦੇ ਵਿੱਚ ਹੋ ਕੀ ਰਿਹਾ। ਜੇ ਤਾਂ ਰੇਲ ਦਾ ਕਿਰਾਇਆ ਵੱਧਦਾ ਜਾਂ ਰੇਲ ਦੇ ਵਿੱਚ ਸਹੂਲਤਾਂ ਦੀ ਕਮੀ ਹੁੰਦੀ ਆ, ਰੇਲਾਂ ਬੰਦ ਹੋ ਜਾਂਦੀਆਂ ਨੇ ਕੋਰੋਨਾ ਦੀ ਵਜ੍ਹਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ, ਤਾਂ ਉਹਦਾ ਜਵਾਬ ਰੇਲਵੇ ਮੰਤਰੀ ਦੇ ਵੱਲੋਂ ਦੇਣ ਦੀ ਥਾਂ ਤੇ ਦੇਸ਼ ਦਾ ਖਾਦਾਂ ਬਾਰੇ ਜਿਹੜਾ ਮੰਤਰੀ ਆ ਉਹ ਦਿੰਦਾ। ਤੇ ਜੇ ਦੇਸ਼ ਦੇ ਬਜਟ ਦੀ ਗੱਲ ਕਰਨੀ ਹੋਵੇ, ਆਰਥਿਕਤਾ ਦੀ ਗੱਲ ਕਰਨੀ ਹੋਵੇ, ਉਹਦਾ ਜਵਾਬ ਬੀਬੀ ਸੀਤਾਰਮਨ ਦੀ ਥਾਂ ਦੇ ਉੱਤੇ ਦੇਸ਼ ਦਾ ਰੇਲ ਮੰਤਰੀ ਦੇਈ ਜਾਂਦਾ। ਤੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਤਾਂ ਉਦੋਂ ਖੇਤੀ ਮੰਤਰੀ ਦੀ ਥਾਂ ਤੇ ਰੇਲ ਮੰਤਰੀ ਬਿਆਨ ਦੇ ਰਿਹਾ ਸੀ। ਤਾਂ ਹੁਣ ਜਦੋਂ ਭਾਸ਼ਾ ਦੀ ਗੱਲ ਚੱਲਦੀ ਆ ਤਾਂ ਉਹਦੇ ਉੱਤੇ ਸਿੱਖਿਆ ਮੰਤਰੀ ਦੀ ਥਾਂ ਦੇ ਉੱਤੇ ਦੇਸ਼ ਦਾ ਗ੍ਰਹਿ ਮੰਤਰੀ ਬਿਆਨ ਦੇ ਰਹੇ। ਅਮਿਤ ਸ਼ਾਹ ਜੀ
मध्य प्रदेश दे विच जांदे ने ते हाथ च अनाटमी दी किताब पढ़ के ये कहंदे आ बई हिंदी जिहड़ी आ डाक्टरी उहदे च पढ़ाई जानी चाहीदी, सानू अपनी भाषा जिहड़ी आ डाक्टरी सानू अंग्रेजी च पढ़न की लोड़ नहीं है, इंजीनियरिंग सानू अंग्रेजी च पढ़न की लोड़ नहीं, ये हिंदी च पढ़नी चाहिए। आ जिहड़ी गल तुसी कही कि आपां नू प्राइमरी स्कूल च ही पढ़ाया गया सी भी भाई भाषा वो माध्यम आ जिहदे राही तुसी अपने विचार पेश करदे हो ते उहदे राही तुसी सिखदे भी हो, अपने विचार भी पेश करदे हो ते सिखण दा भी माध्यम ही है। ते नाल इह वी गल आ वी जिहड़ी तुहाडी मात भाषा है उह तुहाडे सिखण दा सब तों वधिया स्रोत हो सकदी, इह गल पक्की है। पर उस वेले किसे नूं नहीं सी पता तुहाडे वाली गल बई परिभाषा इस समें दी कसौटी दे उत्ते शायद ही खरी उतरे, ते अज जदों सानूं असली दुनिया दे नाल सामना करना पै रहा जां इह कह लो बई देश दे विच अज सत्ता दे उत्ते बैठे लोकां दे विचारां नाल जदों सानूं दुनिया दे नाल दो चार होना पै रहा वा तां उदों पता लग्गिया बई जिहड़ी भाषा है उह तां इक शक्तिशाली राजनीतिक हथियार बन गया, हथियार बन गया। जे गुजरात दे विच गल करनी होवे तां केम शो, जे बंगाल दे विच गल करनी होवे तां खेला होवे, इन्हां दोनां शब्दां दा अर्थ बड़ा गहरा है, मतलब बहुत गहरे ने। तवड़ा जी पहले 10 साल तुसी भी सरकारी स्कूल च पढ़े, मैं भी सरकारी स्कूल च पढ़िया, उत्थे आपां पंजाबी च पढ़ाई, पंजाबी च पढ़दे ना तुसी, मैं भी पंजाबी च पढ़िया। ते उदू बाद जदों तुसी कॉलेज गए, चलो तुसी आनर्स दे विच चले गए, बीए करन लग गए होवोगे, पर जे कोई बंदा 10वीं तों बाद डाक्टरी दी पढ़ाई वल नूं तुर पिया जां उहने इंजीनियरिंग नूं चुन लिया ते उत्थे जाके उहनूं अंग्रेजी पढ़नी पै गई, तां उत्थे तां किसे ने नहीं सी इह गल सोची, मेरे नाल ते तां घट्टो घट्ट क्योंकि मैं तां उस पासे नहीं पढ़न गया, लेकिन मेरे नाल वाले जिन्ने भी सी किसे ने नहीं सी आके कहा, जिहड़े लोक गुरु नानक इंजीनियरिंग कॉलेज दे विच पढ़दे हुंदे सी उहनूं, क्योंकि उहनूं तां इक्को ही कॉलेज हुंदा सी इंजीनियरिंग कॉलेज, 3 कॉलेज सी खैर साडे इलाके च, गुरु नानक इंजीनियरिंग कॉलेज मुख्य कॉलेज हुंदा सी ते जां फिर थापर इंजीनियरिंग कॉलेज पटियाले वाला हुंदा सी, तां उत्थे जिहड़े साडे नाल दे संगी साथी पढ़दे सी उहनां ने कदे नहीं सी आके किला कीता वी यार उत्थे तां अंग्रेजी च पढ़ाई कर दिंदे, क्योंकि अंग्रेजी पढ़ना उहनां ने उत्थे जाके उहनूं पता सी वी जिहड़ी उच्ची पढ़ाई आ उहनूं दुनिया दे लैवल दे उत्ते जाके सानूं देखना पैंदा ते उहदे मुताबिक उहनूं पढ़ना पैंदा। पर हुण देश नूं चलाउण वाले जिहड़े हाकम ने उहनां नूं इह गल बारा नहीं करदी, जां इह कह लो वी जदों देश दे सामने असली मुद्दे विद्या दा महंगा होना होवे, बेरोजगारी सिखरां ते होवे, गरीबी दी मार ते लक तोड़ महंगाई होवे, तां उस वेले तुसीं लोकां नूं भरमाउण लई जे इह कह दे हो वी डाक्टरी दी पढ़ाई हिंदी च क्यों ना होवे, जदकि लोकां नूं इह भुला दे हो महंगाई बहुत है, बेरोजगारी बहुत है, विद्या बहुत महंगी होगी, गरीबी बढ़ गई, तो लक तोड़ महंगाई है, तो तुसी कहो भी नहीं 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 इन्हां गल्लां नूं छड्डो, डाक्टरी की पढ़ाई हिंदी चुनी चाहिए ताकि लोग ये गल्लां ही भुल जाण। हुण MBBS का मतलब है मॉडर्न मेडिसिन का, तो उहदे लई साक्षी आधारित चिकित्सा ਇਹ ਸ਼ਬਦ ਸਾਹਮਣੇ ਲਿਆਂਦਾ ਗਿਆ। ਤਾਂ ਥੋੜਾ ਜੀ ਪੰਜਾਬੀ ਜਾਂ ਹਿੰਦੀ ਸਕੂਲਾਂ 'ਚ ਜਿਹੜੇ ਲੋਕਾਂ ਬੱਚੇ ਸਿੱਖਿਆ ਪੂਰੀ ਕਰਦੇ ਨੇ ਉਹ ਜਦੋਂ ਉੱਪਰਲੀ ਸਿੱਖਿਆ ਲਈ ਜਾਂਦੇ ਨੇ ਤਾਂ ਭਾਸ਼ਾ ਦੇ ਵਿੱਚ ਜਿਹੜੀਆਂ ਰੋਕਾਂ ਨੇ, ਹਾਂ ਉਹਨਾਂ ਨੂੰ ਸਮਝਣ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ, ਉਹਨਾਂ ਲਈ ਇੱਕ ਮਤਲਬ ਹੈ ਨਵੀਂ ਭਾਸ਼ਾ ਦੇ ਨਾਲ ਉਹਨਾਂ ਨੂੰ ਦੋ ਚਾਰ ਹੋਣਾ ਪੈਂਦਾ। ਪਰ ਤੁਸੀਂ ਦੱਸ ਦਿਓਗੇ ਮੈਨੂੰ ਗਿਣਤੀ ਮਿਣਤੀ ਕਰਕੇ ਵੀ ਦੇਸ਼ ਚ ਕਿੰਨੇ ਮੁੰਡੇ ਜਾਂ ਕੁੜੀਆਂ ਸੀ ਜਿਹੜੇ MBBS ਦੀ ਪੜ੍ਹਾਈ ਇਸ ਕਰਕੇ ਵਿਚਾਲੇ ਛੱਡ ਕੇ ਆ ਗਏ ਵੀ ਇਹ ਤਾਂ ਅੰਗਰੇਜ਼ੀ ਚ, ਇਸ ਕਰਕੇ ਅਸੀਂ ਪੜ੍ਹਨੀ ਨੀ MBBS ਕਰਨੀ ਨੀ, ਹੈ ਬੰਦਾ ਮੇਰੇ ਵਰਗ ਦਾ ਦਾਖਲਾ ਇਸ ਕਰਕੇ ਨੀ ਸੀ ਲੈਂਦੇ ਗਿੱਲ ਸਾਹਿਬ ਕਿ ਅੱਗੇ ਅੰਗਰੇਜ਼ੀ ਖੜੀ ਹੈ। ਹਾਂਜੀ ਸਹੀ ਪੁੱਛ। ਹੁਣ ਤੁਹਾਡਾ ਜੀ ਸਵਾਲ ਇਹ ਖੜਾ ਹੋ ਗਿਆ ਬਈ ਮਾਧਿਅਮ ਬਦਲਣਾ, ਇਹਦੇ ਤਾਂ ਕੋਈ ਸ਼ੱਕ ਨਹੀਂ
ਵੀ ਪੜ੍ਹਾਈ ਦਾ ਮਾਧਿਅਮ ਇੱਕਦਮ ਬਦਲਣਾ ਔਖਾ ਤਾਂ ਹੁੰਦਾ, ਪਰ ਡਾਕਟਰੀ ਦੀ ਜਿਹੜੀ ਸ਼ਬਦਾਵਲੀ ਆ ਉਹ ਨਾ ਤਾਂ ਹਿੰਦੀ ਚ ਤੇ ਨਾ ਹੀ ਇੱਕੋ ਜਿਹੀ ਅੰਗਰੇਜ਼ੀ ਚ। ਫਿਰ ਵੀ ਜਿਹੜੇ ਅੰਗਰੇਜ਼ੀ ਪੜ੍ਹ ਕੇ ਆਏ ਵਿਦਿਆਰਥੀ ਨੇ ਉਹਨਾਂ ਕੋਲੇ ਹਰ ਵਿਸ਼ੇ ਦੇ ਉੱਤੇ ਚੰਗੀਆਂ ਕਿਤਾਬਾਂ ਲੇਖ ਉਹਨਾਂ ਦੇ ਕਿਤਾਬਾਂ ਪੜ੍ਹੀਆਂ ਹੁੰਦੀਆਂ, ਲੇਖ ਪੜ੍ਹੇ ਹੁੰਦੇ ਨੇ, ਉਹਦੇ ਨਾਲ ਉਹਨਾਂ ਨੂੰ ਥੋੜੀ ਜਿਹੀ ਮਦਦ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਮਿਲ ਜਾਂਦੀ ਆ। ਜਦਕਿ ਪੰਜਾਬੀ ਜਾਂ ਹਿੰਦੀ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਕੋਲੇ ਉਹੋ ਜਿਹਾ ਬਦਲ ਉਹਨਾਂ ਹੁੰਦਾ ਨੀ। ਤੇ ਅਸੀਂ ਇਸ ਅਸਾਵੇਂਪਣ ਨੂੰ ਫਿਰ ਖਤਮ ਕਿਵੇਂ ਕਰੀਏ ਵੀ ਇਹ ਜਿਹੜਾ ਹੈਗਾ। ਇਹਦੇ ਲਈ ਪਿੱਛੇ ਜਿਹੇ ਏਮਸ ਦੇ ਵਿੱਚ ਨਵਾਂ ਤਜਰਬਾ ਕੀਤਾ ਗਿਆ ਤੁਹਾਡਾ, ਜਿਹੜਾ ਸਾਡੇ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਜਿਹਨੂੰ ਅਸੀਂ ਮੰਨਦੇ ਹਾਂ ਨਾ ਏਮਸ, ਉੱਥੇ ਇੱਕ ਤਜਰਬਾ ਹੋਇਆ। ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਏਮਸ ਉਹ ਹਸਪਤਾਲ ਆ ਜਾਂ ਉਹ ਮੈਡੀਕਲ ਸੰਸਥਾ ਹੈ ਜਿੱਥੇ ਦੇਸ਼ ਦੇ ਵੱਖ ਵੱਖ ਕੋਨਿਆਂ ਚੋਂ ਆਦਿਵਾਸੀ ਇਲਾਕਿਆਂ ਚੋਂ ਆਉਣ ਵਾਲੇ ਜਿਹੜੇ ਡਾਕਟਰ ਦੀ ਪੜ੍ਹਾਈ ਕਰਕੇ ਆਉਂਦੇ ਨੇ ਉਹ ਵੀ ਉੱਥੇ ਆ ਕੇ ਡਾਕਟਰ ਲੱਗ ਜਾਂਦੇ ਨੇ, ਜਿਹੜੇ ਦੂਰ ਜੰਗਲਾਂ ਚੋਂ ਆਉਂਦੇ ਨੇ ਉਹ ਵੀ ਉੱਥੇ ਆ ਕੇ ਡਾਕਟਰ ਲੱਗ ਸਕਦੇ ਨੇ, ਪੰਜਾਬ ਤੋਂ ਜਾ ਕੇ ਵੀ ਉੱਥੇ ਕੋਈ ਡਾਕਟਰ ਬਣ ਸਕਦਾ ਵਾ, ਪੜ੍ਹਾਈ ਕਰ ਸਕਦਾ ਵਾ। ਤਾਂ ਉੱਥੇ ਫਿਰ ਉਹਨਾਂ ਨੇ ਇੱਕ ਕੰਮ ਕੀਤਾ ਵੀ ਤਾਂ ਕਿ ਸਾਰਿਆਂ ਨੂੰ ਭਾਸ਼ਾ ਦੇ ਵਿੱਚ ਦਿੱਕਤ ਨਾ ਆਵੇ, ਉਹਨਾਂ ਨੇ ਡਾਕਟਰੀ ਦੀ ਪੜ੍ਹਾਈ ਦੇ ਨਾਲ ਨਾਲ ਉੱਥੇ ਜਾਂਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਆਉਂਦੇ ਸਾਰ ਪਹਿਲਾਂ ਕੁਛ ਅੰਗਰੇਜ਼ੀ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕੀਤੀ, ਤਾਂ ਕਿ ਜਿਹੜੇ ਗੈਰ ਅੰਗਰੇਜ਼ੀ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਸਹਾਇਤਾ ਮਿਲ ਸਕੇ ਤੇ ਉਹਨਾਂ ਲਈ ਖਾਸ ਅੰਗਰੇਜ਼ੀ ਕਲਾਸਾਂ ਜਿਹੜੀਆਂ ਸੀ ਉਹ ਸ਼ੁਰੂ ਕੀਤੀਆਂ ਜਾਂਦੀਆਂ ਨੇ। ਇਹ ਅੱਜ ਦਾ ਨਹੀਂ, ਇਹ ਕਾਫੀ ਪੁਰਾਣਾ ਉੱਥੋਂ ਚੱਲਿਆ ਆ ਰਿਹਾ। ਪਰ ਮੱਧ ਪ੍ਰਦੇਸ਼ ਦੀ ਸਰਕਾਰ ਨੇ ਬਹੁਤ ਹੈਰਾਨ ਕਰਨ ਵਾਲੀ ਨੀਤੀ ਲੈ ਕੇ ਆਉਂਦੀ, ਉਹਨਾਂ ਨੇ ਮੈਡੀਕਲ ਸਿੱਖਿਆ ਦੇ ਕੋਰਸ ਨੂੰ ਹਿੰਦੀ ਚ ਕਿਤਾਬਾਂ ਲਿਆਉਂਦੀਆਂ, ਉੱਥੇ ਕਿਤਾਬਾਂ ਜਾਰੀ ਵੀ ਕੀਤੀਆਂ ਗਈਆਂ ਮੈਂ ਤੁਹਾਨੂੰ ਦੱਸਿਆ। ਤੇ ਡਾਕਟਰ ਸੱਤਿਆਕਾਂਤ ਤ੍ਰਿਵੇਦੀ ਜਿਹੜੇ ਡਾਕਟਰੀ ਹਿੰਦੀ ਕੋਰਸ ਉਹ ਉਸ ਪੈਨਲ ਜਿਹਨੇ ਹਿੰਦੀ ਕਿਤਾਬਾਂ ਤਿਆਰ ਕੀਤੀਆਂ ਨੇ ਉਹਦੇ ਇੱਕ ਮੈਂਬਰ ਨੇ, ਉਹਨਾਂ ਨੇ ਕਿਹਾ ਵੀ ਅਧਿਆਪਕ ਦੋ ਭਾਸ਼ੀ ਢੰਗ ਨਾਲ ਕਲਾਸਾਂ ਚਲਾਉਣਗੇ ਤੇ ਇਹਦੇ ਨਾਲ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਚੀਜ਼ਾਂ ਸਿੱਖਣ 'ਚ ਮਦਦ ਮਿਲੇਗੀ, ਹਿੰਦੀ ਤੇ ਅੰਗਰੇਜ਼ੀ 'ਚ MBBS ਪੜ੍ਹਨ ਵਾਲੇ ਵਿਦਿਆਰਥੀ ਇੱਕੀ ਜਮਾਤ 'ਚ ਬੈਠਣਗੇ ਤੇ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਪੇਪਰ ਲਿਖਣ ਦੀ ਸਹੂਲਤ ਹੋਊ। ਉਹਨਾਂ ਦੀ ਮਰਜ਼ੀ ਆ ਉਹ ਅੰਗਰੇਜ਼ੀ 'ਚ ਲਿਖ ਲੈਣ ਸਵਾਲਾਂ ਦੇ ਜਵਾਬ ਜਾਂ ਹਿੰਦੀ 'ਚ ਲਿਖ ਲੈਣ, ਇਹ ਉਹਨਾਂ ਦੀ ਮਰਜ਼ੀ ਹੈ। ਤੇ ਕੁਝ ਵੀ ਸਿੱਖਣ ਲਈ ਜਿਹਨਾਂ ਦੋ ਸਭ ਤੋਂ ਮਹੱਤਵਪੂਰਨ ਸਾਧਨਾਂ ਦੀ ਲੋੜ ਹੁੰਦੀ ਹੈ ਅਖਬਾਰਾਂ ਦੀ, ਉਹਦੇ 'ਚ ਦੋ ਨੇ ਗੱਲਾਂ। ਇੱਕ ਤਾਂ ਚਾਹੀਦੇ ਨੇ ਤੁਹਾਨੂੰ ਅਧਿਆਪਕ ਤੇ ਦੂਜਾ ਚਾਹੀਦੇ ਆ ਕਿਤਾਬਾਂ। ਹੁਣ ਸਾਨੂੰ ਨਵੇਂ ਡਾਕਟਰਾਂ ਨੂੰ ਸਿਖਾਉਣ ਲਈ ਇਹਦਾ ਮਤਲਬ ਹੈ ਬੜੇ ਘੈਂਟ ਡਾਕਟਰਾਂ ਦੀ ਲੋੜ ਪੈਣੀ ਹੈ। ਕੀ ਸਾਡੇ ਕੋਲੇ ਐਸੇ ਘੈਂਟ ਅਧਿਆਪਕ ਹੈਗੇ ਨੇ ਜਿਹੜੇ ਇੱਕੋ ਹੀ ਵੇਲੇ ਹਿੰਦੀ ਵੀ ਪੜ੍ਹਾ ਸਕਦੇ ਹੋਣ ਤੇ ਅੰਗਰੇਜ਼ੀ ਵੀ ਪੜ੍ਹਾ ਸਕਦੇ ਹੋਣ? ਕੀ ਅਧਿਆਪਕਾਂ ਲਈ ਹਿੰਦੀ ਅਧਿਆਪਨ ਕੇਂਦਰ ਬਣਾਏ ਗਏ ਨੇ ਦੇਸ਼ 'ਚ ਜਿਹੜੇ ਹਿੰਦੀ 'ਚ ਡਾਕਟਰੀ ਪੜ੍ਹਾਉਣਗੇ ਜਾਂ ਇੰਜੀਨੀਅਰਿੰਗ ਪੜ੍ਹਾਉਣਗੇ? ਤੇ ਮਾਡਰਨ ਮੈਡੀਸਨ ਦੀਆਂ ਕੁਝ ਸੀਮਿਤ ਕਿਤਾਬਾਂ ਨਾਲ ਕੀ ਡਾਕਟਰੀ ਸਿੱਖੀ ਜਾ ਸਕਦੀ ਹੈ? ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਡਾਕਟਰੀ ਦੇ ਵਿੱਚ ਇੱਕੋ ਹੀ ਵਿਸ਼ੇ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਵੱਡੀ ਗਿਣਤੀ ਦੇ ਵਿੱਚ ਵੱਡੀਆਂ ਕਿਤਾਬਾਂ ਨੇ, ਉਹਨਾਂ ਦੀ ਲੋੜ ਸਭ ਨੂੰ ਪੈਂਦੀ ਆ। ਕੀ ਅਸੀਂ ਵੱਖਰਾ ਕੋਈ ਅਨੁਵਾਦ ਕਰਨ ਵਾਲਾ ਵਿਭਾਗ ਜਿਹੜਾ ਉਹ ਬਣਾ ਲਿਆ? ਕੀ ਅਸੀਂ ਆਪਣੇ ਦੇਸ਼ ਦੀ GDP ਦਾ 2% ਹਿੱਸਾ ਇਹਦੇ ਉੱਤੇ ਖਰਚਣ ਲਈ ਤਿਆਰ ਹਾਂ? ਜਾਂ ਅਸੀਂ ਵਿਦਿਆਰਥੀਆਂ ਨੂੰ ਨਾ ਮਾਤਰ ਇੱਕ ਜਾਂ ਦੋ ਕਿਤਾਬਾਂ ਦੇ ਸੁਪਨੇ ਦਿਖਾ ਰਹੇ ਹਾਂ, ਜਿਵੇਂ ਅਨੋਟਮੀ ਤੇ ਉਹ ਫੜਾਤੀਆਂ ਦੋ ਕਿਤਾਬਾਂ ਤੇ ਇਹਨਾਂ ਨੂੰ ਪੜ੍ਹ ਲਓ ਤੇ ਤੁਹਾਨੂੰ ਹਿੰਦੀ 'ਚ ਡਾਕਟਰੀ ਆਉਣ ਲੱਗ ਜੂਗੀ? ਕੀ ਜਿਹੜਾ ਮਾਡਰਨ ਮੈਡੀਸਨ ਦੇ ਵਿੱਚ ਹਰ ਰੋਜ਼ ਜਿਹੜੀਆਂ ਨਵੀਆਂ ਖੋਜਾਂ ਹੁੰਦੀਆਂ ਨੇ, ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ, ਉਹਦੇ ਲਈ ਸਾਇੰਸ ਮੈਗਜ਼ੀਨ ਨੇ, ਡਾਕਟਰੀ ਜਰਨਲ ਨੇ, ਸੰਮੇਲਨ ਨੇ ਜਾਂ ਕਾਨਫਰੰਸਾਂ ਨੇ ਜਿਹੜੀਆਂ ਬਹੁਤ ਮਹੱਤਵਪੂਰਨ ਹੁੰਦੀਆਂ ਨੇ ਡਾਕਟਰੀ ਦੀ ਡਿਗਰੀ ਲੈਣ ਵਾਲੇ ਵਾਲੇ ਵਿਦਿਆਰਥੀਆਂ ਲਈ? ਕੀ ਉਹਨਾਂ ਨੂੰ ਹਿੰਦੀ 'ਚ MBBS ਕਰਨ ਵਾਲਿਆਂ ਲਈ ਹੁਣ ਵੱਖਰੇ ਵਿਗਿਆਨੀ ਸੰਮੇਲਨ ਹੋਣਗੇ? ਉਹਨਾਂ ਨੂੰ ਲਾਜ਼ਮੀ ਤੌਰ 'ਤੇ ਉਹਨਾਂ ਸੰਮੇਲਨਾਂ ਦੇ ਵਿੱਚ ਭਾਗ ਵੀ ਲੈਣਾ ਪਊਗਾ ਜਿੱਥੇ ਉਹ ਭਾਸ਼ਾ ਨਹੀਂ ਸਮਝ ਸਕਣ ਦੇ ਕਾਰਨ ਸਿਰਫ ਦਰਸ਼ਕ ਬਣ ਕੇ ਬੈਠਣਗੇ? ਕੀ ਸਾਰੇ ਮੈਡੀਕਲ ਜਰਨਲਾਂ ਦਾ ਉਹਨਾਂ ਦੇ ਆਉਣ ਦੇ ਨਾਲ ਹੀ ਅਨੁਵਾਦ ਕਰਨਾ ਸੰਭਵ ਹੈਗਾ? ਇਸ ਯੋਜਨਾ ਦੇ ਆਲੇ ਦੁਆਲੇ ਕਈ ਅਣਸੁਲਝੇ ਸਵਾਲ ਨੇ, ਫਿਰ ਵੀ ਮੱਧ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹ ਕੋਈ ਵਿਲੱਖਣ ਕਿਸਮ ਦਾ ਐਲਾਨ ਕਰ ਰਹੀ ਹੈ। ਪਰ ਇਹ ਸਿੱਖਿਆ ਦਾ ਇੱਕ ਮਹੱਤਵਪੂਰਨ ਪਹਿਲੂ ਆ
ਤੇ ਇਹਦੇ ਬਾਰੇ ਸਪਸ਼ਟ ਸਲਾਹ ਮਸ਼ਵਰੇ ਤੇ ਚਿੰਤਨ ਦੀ ਲੋੜ ਹੈ ਕਿਉਂਕਿ ਇਹ ਸਾਡੇ ਦੇਸ਼ ਦੇ ਕਈ ਮਿਹਨਤੀ ਨੌਜਵਾਨਾਂ ਦੇ ਭਵਿੱਖ ਦਾ ਸਵਾਲ ਹੈ ਤੇ ਇਹ ਉਹਨਾਂ ਵਿਅਕਤੀਆਂ ਨੂੰ ਸਿਖਰ ਕਰਨ ਦੇ ਬਾਰੇ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆਉਣੀ ਆ ਜਿਹਨਾਂ ਨੇ ਆਉਣ ਵਾਲੇ ਸਮੇਂ ਚ ਦੇਸ਼ ਨੂੰ ਤੇ ਦੇਸ਼ ਵਾਸੀਆਂ ਨੂੰ ਤੰਦਰੁਸਤ ਰੱਖਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਦੇ ਉੱਤੇ ਚੱਕਣੀ ਹੈ। ਹੁਣ ਸਾਡੇ ਮੁਲਕ ਦੇ ਬਹੁਤ ਸਾਰੇ ਡਾਕਟਰਾਂ ਨੂੰ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਦੁਨੀਆਂ ਭਰ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਕੀਤੀਆਂ ਨੇ, ਚੰਗਾ ਨਾਂ ਵੀ ਕਮਾਇਆ ਤੇ ਉਹ ਸਾਡੇ ਮੁਲਕ ਦੇ ਡਾਕਟਰ ਨੇ। ਅੱਜ ਵੀ ਅੱਜ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ 'ਚ ਵੀ ਇਹ ਸਮਰੱਥਾ ਹੈਗੀ ਹੈ, ਬਲਕਿ ਇਸ ਸਮਰੱਥਾ ਨੂੰ ਦੁਬਾਰਾ ਜੀ ਮਜ਼ਬੂਤ ਕਰਨ ਦੀ ਲੋੜ ਹੈ। ਧਰਤੀ 'ਚ ਟੋਆ ਪੁੱਟਣ ਦੀ ਲੋੜ ਨਹੀਂ ਹੈ, ਸਾਨੂੰ ਦੁਨੀਆਂ ਦੇ ਹਾਣ ਦੇ ਬਣਨ ਦੀ ਲੋੜ ਹੈ, ਨਾ ਕਿ ਇਸ ਨਾਂ ਦੇ ਉੱਤੇ ਵੀ ਅਸੀਂ ਭਾਸ਼ਾ ਦੇ ਉਸ ਚੱਕਰਾਂ 'ਚ ਅਲਝਾ ਕੇ ਦੇਸ਼ ਦੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਦਾ ਭਵਿੱਖ ਤਬਾਹ ਕਰ ਦਈਏ ਤੇ ਆਪਣੀ ਰਾਜਨੀਤਿਕ ਇੱਛਾ ਨੂੰ ਜਾਂ ਆਪਣੇ ਉਸ ਏਜੰਡੇ ਨੂੰ ਲਾਗੂ ਕਰਨ ਦੇ ਚੱਕਰ 'ਚ ਅਸੀਂ ਸਾਰੇ ਦੇਸ਼ ਦਾ ਹੀ ਪੱਠਾ ਉਠਾ ਦਈਏ। ਜਿਵੇਂ ਆਹ ਹੁਣ ਤੁਹਾਡੇ ਸਾਹਮਣੇ ਆ, ਇਹਨੂੰ ਉਹਦੇ ਨਾਲ ਹੀ ਜੋੜ ਕੇ ਦੇਖਦਾ ਵੀ ਜਿਵੇਂ ਜੇ ਕਿਤੇ ਪੰਜਾਬ 'ਚ ਪਹਿਲਾਂ ਪਤਾ ਹੁੰਦਾ ਲੋਕਾਂ ਨੂੰ ਵੀ ਕੇਜਰੀਵਾਲ ਨੇ ਲਕਸ਼ਮੀ ਮਾਤਾ ਦੀ ਪੂਜਾ ਕਰਕੇ ਦੇਸ਼ ਨੂੰ ਆਰਥਿਕ ਸੰਕਟ ਦੇ ਵਿੱਚੋਂ ਕੱਢ ਦੇਣਾ, ਤਾਂ ਮੈਨੂੰ ਨੀ ਲੱਗਦਾ ਵੀ ਪੰਜਾਬ ਦਾ ਕੋਈ ਬੰਦਾ ਉਹਨਾਂ ਨੂੰ ਵੋਟ ਪਾ ਦਿੰਦਾ। ਤੇ ਜਿਵੇਂ ਹੁਣ ਉਹ ਗੁਜਰਾਤ ਦੇ ਵਿੱਚ ਇਸ ਝਾਕ ਨਾਲ ਵੋਟਾਂ ਲੈਣ ਲਈ ਨਿਕਲੇ ਨੇ, ਤਾਂ ਮੈਨੂੰ ਲੱਗਦਾ ਉਹਦਾ ਤਾਂ ਤਹੀਜ ਪਿਆਜ ਨੰਗਾ ਹੋ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਫੋਟੋ ਲਾ ਕੇ ਕੰਮ ਚਲਾਉਣ ਨੂੰ ਫਿਰਦਾ ਵਾ, ਪੱਲੇ ਇਹਦੇ ਵੀ ਕੁਛ ਨੀਗਾ। ਦੇਸ਼ ਨੀਤੀ ਕੀ ਹੋਵੇ, ਕਾਰਪੋਰੇਟ ਜਗਤ ਨੂੰ ਖੁੱਲਾ ਦੇਣ ਦੀ ਥਾਂ ਤੇ ਕੀ ਆਮ ਲੋਕਾਂ ਨੂੰ ਕੋਈ ਤਰਜੀਹ ਦੇਣੀ ਹੈ ਜਾਂ ਨਹੀਂ ਦੇਣੀ, ਉਹ ਲੋਕਾਂ ਨੂੰ ਪਤਾ ਲੱਗ ਗਿਆ ਉਹਦੀ ਤਰਜੀਹ ਹੈ ਕੀ। ਜੀ ਕਮਲਾ ਜੀ ਬਿਲਕੁਲ, ਤੁਸੀਂ ਪਹਿਲਾਂ ਦੱਸ ਕੇ ਹਟੇ ਹੋ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਂ ਦੇ ਉੱਤੇ ਤਾਂ ਮੰਦਰ ਵੀ ਬਣੇ ਨੇ, ਉਹਨਾਂ ਦੀ ਫੋਟੋ ਵੀ ਲੱਗੀ ਹੈ। ਜੇ ਉਹਨਾਂ ਦੀ ਪੂਜਾ ਕਰਕੇ ਦੇਸ਼ ਤਰੱਕੀ ਕਰ ਸਕਦਾ, ਫਿਰ ਆਪਣੇ ਜੇ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਅੱਗੇ ਕਿਉਂ ਨਹੀਂ ਵੱਧ ਸਕਦੇ? ਇਹ ਤਾਂ ਹੁਣ ਰੱਬ ਰੱਖ ਹੈ, ਅੱਗੇ ਹੁੰਦਾ। ਦੇਖੋ ਥੋੜ੍ਹਾ ਜੀ, ਦੇਖੋ ਥੋੜ੍ਹਾ ਜੀ, ਹੁਣ ਦੇਖੋ ਤੁਸੀਂ, ਮਤਲਬ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਹੈ ਜਦੋਂ ਤੁਸੀਂ ਵੀ ਪੜ੍ਹਦੇ ਸੀ ਜਾਂ ਅਸੀਂ ਵੀ, ਚਲੋ ਜਿਹੜੀਆਂ ਦੋ ਤਿੰਨ ਚਾਰ ਜਮਾਤਾਂ ਪੜ੍ਹ ਲਈਆਂ, ਤਾਂ ਉਦੋਂ ਸਾਨੂੰ ਤਾਂ ਇੰਨਾ ਕੀ ਸਿਖਾਇਆ ਗਿਆ ਸੀਗਾ ਵੀ ਦੇਖੋ ਨਵੀਆਂ ਨਵੀਆਂ ਖੋਜਾਂ ਤਾਂ ਹੁੰਦੀਆਂ ਨੇ ਟਵਾਲਾ ਜੀ, ਪਰ ਜਿਹੜੇ ਹੁਣ ਸਾਡੇ ਵਿਗਿਆਨੀ ਇਸ ਵੇਲੇ ਦੇਸ਼ ਦੀ ਸੱਤਾ ਦੇ ਉੱਤੇ ਮੌਜੂਦ ਨੇ, ਜਿਹੜੇ ਕਹਿੰਦੇ ਨੇ ਵੀ ਗੰਦੇ ਨਾਲੇ ਦੀ ਗੈਸ ਨਾਲ ਚਾਹ ਬਣਾਈ ਜਾ ਸਕਦੀ ਹੈ, ਤੇ ਫਿਰ ਇਹ ਜਿਹੜਾ ਨਵਾਂ ਰਾਜਾ ਬਣਨ ਨੂੰ ਫਿਰਦਾ, ਤੇ ਇਹਦੇ 'ਚ ਤੇ ਫਿਰ ਉਹਦੇ 'ਚ ਫਰਕ ਕਿੰਨਾ ਕਾ ਜਿਹੜਾ ਕਹਿੰਦਾ ਵੀ ਲੋਕਾਂ ਦੇ ਉੱਤੇ ਫੋਟੋ ਬਦਲ ਕੇ ਜਿਹੜੀ ਦੇਸ਼ ਦੀ ਆਰਥਿਕਤਾ ਵਾ ਉਹ ਠੀਕ ਕੀਤੀ ਜਾ ਸਕਦੀ ਆ? ਕਿਉਂਕਿ ਪਹਿਲਾਂ 2016 'ਚ ਇੱਕ ਵਾਰ ਤਾਂ ਅਸੀਂ ਕਰਕੇ ਦੇਖ ਲਈ ਨਾ ਨੋਟ ਬਦਲ ਕੇ, ਤੇ ਜੇ ਹੁਣ ਨਵੇਂ ਸਿੰਘ ਉਦੋਂ ਵੀ ਤਾਂ ਨੋਟਾਂ ਦੇ ਰੰਗ ਬਦਲਤੇ ਸੀ, ਤੁਸੀਂ ਦੇਖਿਆ 2000 ਦਾ ਨੋਟ ਲਾਲ ਗੁਲਾਬੀ ਜਿਹਾ ਬਣਾਤਾ ਹਨਾ, ਤੇ 100 ਦਾ ਨੋਟ ਨੀਲੇ ਜਿਹੇ ਰੰਗ ਦਾ ਕੱਢ ਲਿਆ, ਤੇ 50 ਦਾ ਨੋਟ ਵੀ ਵਿੱਚ ਉਹਦੇ 'ਚ ਹਰਾ ਹਰਾ ਜਿਹਾ ਕਰਤਾ। ਮਤਲਬ ਜਾਂ ਤੁਸੀਂ ਦੇਖਦੇ ਹੋ ਵੀ ਜਿਹੜੇ ਸਾਡੇ ਸਿੱਕੇ ਨੇ ਉਹਨਾਂ ਦੇ ਉੱਤੇ ਕਿਸੇ ਵੇਲੇ ਜਿਹੜਾ ਕਣਕ ਦੀ ਬੱਲੀ ਜਾਂ ਸਿੱਕਾ ਉਹ ਛਾਪਿਆ ਜਾਂਦਾ ਸੀ, ਤੇ ਉਦੋਂ ਲੋਕ ਫਿਰ ਕਹਿੰਦੇ ਸੀ ਵੀ ਭਾਈ ਉਦੋਂ 1 ਰੁਪਈਏ ਦੇ ਸਿੱਕੇ ਨਾਲ ਕਣਕ ਖਰੀਦੀ ਜਾ ਸਕਦੀ ਸੀ ਤੇ ਝੱਟ ਭਰਿਆ ਜਾ ਸਕਦਾ ਸੀ, ਤੇ ਹੁਣ ਉਸੇ ਸਿੱਕੇ ਦੇ ਉੱਤੇ ਅੰਗੂਠਾ ਖੜਾ ਕਰਤਾ ਕਰਨ ਦੀ ਇਹਦਾ ਮਤਲਬ ਇਹ ਆ ਵੀ ਹੁਣ ਉਸ ਸਿੱਕੇ ਨਾਲ ਮਿਲਣਾ ਕੁਛ ਨਹੀਂ ਗਾ। ਜੀ ਤੁਹਾਡਾ ਬਿਲਕੁਲ, ਗੱਲ ਤੁਸੀਂ ਸਹੀ ਕਹੀ ਆ ਗਿੱਲ ਸਾਹਿਬ, ਗੱਲ ਤਾਂ ਫਿਰ ਉੱਥੇ ਆ ਕੇ ਮੁੱਕਦੀ ਹੈ। ਤੁਸੀਂ ਹੁਣ ਮੇਰੇ ਦਿਮਾਗ 'ਚੋਂ ਗੱਲ ਨਿਕਲ ਗਈ ਕਿਉਂਕਿ ਤੁਸੀਂ ਗੱਲ ਜ਼ਿਕਰ ਕੀਤਾ ਗੰਦੇ ਨਾਲੇ ਦੀ ਗੈਸ ਦੀ, ਭਾਰਤ ਦੇ ਨਾਲਿਆਂ ਦੇ ਵਿੱਚ ਤਾਂ ਇੰਨੀ ਗੈਸ ਹੈ ਗਿੱਲ ਸਾਹਿਬ, ਤੁਸੀਂ ਭੁਲੇਖੇ 'ਚੋਂ ਐਟਮ ਬੰਬ ਵੀ ਬਣਾਇਆ ਜਾ ਸਕਦਾ, ਇੰਨੇ ਸਾਡੇ ਭਾਰਤ ਦੇ ਨਾਲੇ ਪਸੰਦ ਉਹ ਅੱਗੇ ਦੁਨੀਆਂ ਦੇ ਵਿੱਚ ਮਸ਼ਹੂਰ ਨੇ। ਬਾਕੀ ਜੇ ਉੱਥੇ ਲੰਘਦੇ ਬੇਹੋਸ਼ ਹੋ ਸਕਦੇ ਹੋ ਤੁਸੀਂ, ਜੇ ਕੰਢੇ 'ਤੇ ਖੜ੍ਹ ਜਾਓ 10 ਮਿੰਟ, ਮੋਦੀ ਸਾਹਿਬ ਨੇ ਤਾਂ ਚਾਹ ਬਣਾਈ ਹੈ। ਤੁਸੀਂ ਦੇਖੋ ਕਮਾਲ ਬਈ, ਕੇਜਰੀਵਾਲ ਸਾਹਿਬ ਨੇ ਐਗਜ਼ਾਮਪਲ ਦੇਖੋ ਕਿਹਦੀ ਦਿੱਤੀ ਹੈ, ਕਹਿੰਦਾ ਇੰਡੋਨੇਸ਼ੀਆ ਦੇ ਨੋਟਾਂ ਦੇ ਉੱਤੇ ਗਣੇਸ਼ ਜੀ ਦੀ ਤਸਵੀਰ ਛਪੀ ਹੋਈ ਹੈ ਤੇ ਲਕਸ਼ਮੀ ਜੀ ਦੀ ਤਸਵੀਰ ਛਪੀ ਹੋਈ ਹੈ, ਕਹਿੰਦਾ ਤੇ ਫਿਰ ਤੁਸੀਂ ਐਂ ਦੇਖੋ ਨਾ ਵੀ ਇੰਡੋਨੇਸ਼ੀਆ ਦੀ ਕਰੰਸੀ ਜਿਹੜੀ ਆ ਉਹ ਭਾਰਤ ਨਾਲੋਂ ਕਿੰਨੀ ਕੁ ਜ਼ਿਆਦਾ ਮਜ਼ਬੂਤ ਆ, ਤੇ ਸਾਡੇ ਤਾਂ ਜੇ ਫਿਰ ਵੀ 82-83 ਰੁਪਈਏ ਦਾ ਡਾਲਰ ਆਉਂਦਾ ਹੀ ਆ, ਮੈਨੂੰ ਲੱਗਦਾ ਉਹਦੇ ਨਾਲ ਤਾਂ ਫਿਰ 2-250 ਦਾ ਆਉਂਦਾ ਵਾ। ਅਸੀਂ ਇਹ ਉਮੀਦ ਕਰੀਏ ਬਈ ਅਮਰੀਕੀ ਡਾਲਰ ਭਾਰਤ ਦੀ ਕਰੰਸੀ ਚ ਵੀ 2-250 ਨੂੰ ਹੋ ਜਾਵੇ।
ਨਹੀਂ ਰੁਪਈਆ ਕਮਜ਼ੋਰ ਨਹੀਂ ਹੋਇਆ ਗਿੱਲ ਸਾਹਿਬ, ਡਾਲਰ ਉੱਤੇ ਚਲਾ ਗਿਆ। ਇਹ ਵੀ ਤੁਹਾਨੂੰ ਪਤਾ ਹੋਣਾ, ਸਾਡੇ ਮੰਤਰੀ ਐਂ ਵੀ ਡਾਲਰ ਮਜ਼ਬੂਤ ਹੋ ਗਿਆ। ਉਹੀ ਗੱਲ ਹੋ ਗਈ ਨਾ, ਰੁਪਈਆ ਕਮਜ਼ੋਰ। ਮੇਰੇ ਇੱਕ ਦੋਸਤ ਨੇ ਲਿਖਿਆ ਬੜਾ ਸੋਹਣਾ ਕਮੈਂਟ ਫੇਸਬੁੱਕ ਦੇ ਉੱਤੇ, ਕਹਿੰਦਾ ਬਈ ਇਹ ਤਾਂ ਉਹ ਗੱਲ ਹੋ ਗਈ ਬਈ ਦੂਰ ਬੈਠਾ ਨਿਊਟਨ ਬਾਬਾ ਦੇਖ ਰਿਹਾ ਬਈ ਜਿਹੜਾ ਦਰਖਤ ਨੂੰ ਲੱਗਿਆ ਹੋਇਆ ਸਿਓ ਹੈ ਧਰਤੀ ਟੁੱਟ ਕੇ ਉਹਦੇ ਉੱਤੇ ਚੜ ਗਈ ਸਿਓ ਦੇ ਉੱਤੇ, ਸਿਓ ਟੁੱਟ ਕੇ ਧਰਤੀ ਤੇ ਨੀ ਡਿੱਗਿਆ ਕਹਿੰਦਾ, ਧਰਤੀ ਟੁੱਟ ਕੇ ਸਿਓ ਤੇ ਚੜ ਗਈ ਕਹਿੰਦਾ। ਕਿਆ ਬਾਤ ਹੈ, ਕਿਆ ਬਾਤ। ਨਹੀਂ ਇੱਕ ਗੱਲ ਹੋਰ ਦੱਸ ਦਿਓ ਹੁਣ, ਤੁਸੀਂ ਤੁਸੀਂ ਕਿਹੜਾ ਘੱਟ ਹੋ ਗਿੱਲ ਸਾਹਿਬ, ਗੱਲ ਗੱਲਾਂ ਦਾ ਤੁਸੀਂ ਵੀ ਸਿਰੇ ਲਾ ਦਿੰਦੇ ਹੋ। ਆ ਦੁਨੀਆਂ ਦਾ ਸਭ ਤੋਂ ਗੰਦਾ ਆਦਮੀ ਦਹਾਕਿਆਂ ਤੋਂ ਬਾਅਦ ਪਹਿਲੀ ਵਾਰੀ ਲਾਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਮਰ ਗਿਆ ਵਿਚਾਰਾ। ਮੈਂ ਹੈਰਾਨ ਹੋਇਆ ਪੜ੍ਹ ਕੇ ਗੱਲ। ਉਹ 50 ਸਾਲ ਤੋਂ ਨਾਪਾ ਦਿੱਤੀ ਆ ਜੀ, 50 ਸਾਲ ਐ ਦੱਸੋ ਗੰਦੇ ਨਾਲੇ ਦੇ ਉਮਰ ਤਾਂ ਬਰਾਬਰ ਦੀ ਉਹਦੀ ਵੀ ਹੋਊਗੀ। ਹਾਂ 2014 ਚ ਮਤਲਬ ਉਹਨੇ ਇੱਕ ਇੰਟਰਵਿਊ ਦਿੱਤੀ ਸੀ ਤਹਿਰਾਨ ਟਾਈਮਸ ਨੂੰ, ਤੇ ਉਹਦੇ ਚ ਉਹਨੇ ਕਿਹਾ ਸੀ ਵੀ ਉਹਦਾ ਮਨਪਸੰਦ ਭੋਜਨ ਜਿਹੜਾ ਉਹ ਇੱਕ ਜਾਨਵਰ ਆ, ਸ਼ਾਹੀ ਉਹਨੂੰ ਕਹਿੰਦੇ ਨੇ, ਉਹ ਜਾਨਵਰ ਆ ਤੇ ਉਹ ਜ਼ਮੀਨ ਚ ਖੱਡ ਤੇ ਉਹਦੇ ਚ ਮਤਲਬ ਇੱਟਾਂ ਦੀ ਝੋਪੜੀ ਚ ਰਹਿੰਦਾ ਸੀ ਇਹ ਬੰਦਾ। ਦੁਨੀਆਂ ਦੇ ਸਭ ਤੋਂ ਗੰਦੇ ਆਦਮੀ ਵਜੋਂ ਮਸ਼ਹੂਰ ਹੋਇਆ, ਤੇ ਇਹਦੇ ਤੇ ਇੱਕ ਫਿਲਮ ਵੀ ਬਣ ਚੁੱਕੀ ਆ, ਅਮੋ ਹਾਜ਼ੀ ਇਹਦਾ ਨਾਂ ਸੀ, ਅਮੋ ਹਾਜ਼ੀ। ਅਮੋ ਹਾਜ਼ੀ 94 ਸਾਲ ਦੀ ਉਮਰ ਚ ਉਹਦੀ ਮੌਤ ਹੋਈ ਆ, ਆ ਹੁਣੇ ਲੰਘੇ ਐਤਵਾਰ ਨੂੰ, ਤੇ ਉਹ ਥੋੜਾ ਜਿਹਾ ਬਿਮਾਰ ਹੋਇਆ, ਬਿਮਾਰ ਉਹ ਕਹਿੰਦੇ ਨਹਾਉਣ ਕਰਕੇ ਹੋ ਗਿਆ ਸੀ, ਜੇ ਨਾ ਨਹਾਉਂਦਾ ਸ਼ਾਇਦ 5-4 ਸਾਲ ਹੋਰ ਕੱਟ ਜਾਂਦਾ। ਹਾਂ ਉਹ ਨਹਾਉਣ ਕਰਕੇ ਬਿਮਾਰ ਹੋ ਗਿਆ। ਹਾਂ ਅਮੋ ਹਾਜ਼ੀ ਜਿਹੜਾ ਉਹ ਪਿਛਲੀ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਨਹਾਤਾ ਨਹੀਂ, ਉਹ ਕਹਿੰਦਾ ਵੀ ਪਹਿਲਾਂ ਸਾਬਣ ਤੇ ਪਾਣੀ ਦੀ ਵਰਤੋਂ ਕਰਨ ਤੋਂ ਉਹਨੇ ਇਨਕਾਰ ਕਰਤਾ ਸੀ, ਤੇ ਉਹ ਕਹਿੰਦਾ ਵੀ ਇਹਨਾਂ ਚੀਜ਼ਾਂ ਤੋਂ ਮੈਨੂੰ ਡਰ ਲੱਗਦਾ ਤੇ ਮੈਨੂੰ ਲੱਗਦਾ ਵੀ ਇਹ ਮੈਨੂੰ ਬਿਮਾਰ ਕਰ ਦੇਣਗੇ। ਇਰਾਨੀ ਬਜ਼ੁਰਗ ਜੋ ਕਿ ਇਰਾਨ ਦੇ ਦੱਖਣੀ ਇਲਾਕੇ ਫਾਰਸ ਦੇ ਵਿੱਚ ਰਹਿੰਦਾ ਸੀ, ਉਹਨੂੰ ਪਿੰਡ ਵਾਲਿਆਂ ਨੇ ਬਹੁਤ ਵਾਰ ਸਾਫ਼ ਸੁਥਰਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਔਰ ਉਹ ਹਮੇਸ਼ਾ ਨਜ਼ਰਅੰਦਾਜ਼ ਕਰ ਦਿੰਦਾ ਸੀ, ਪਰ ਸਥਾਨਕ ਮੀਡੀਆ ਦਾ ਕਹਿਣਾ ਇਹ ਆ ਵੀ ਅਮੋ ਹਾਜ਼ੀ ਅੰਤ ਨੂੰ ਲੋਕਾਂ ਦੇ ਦਬਾਅ ਅੱਗੇ ਝੁਕ ਗਿਆ ਤੇ ਕੁਛ ਮਹੀਨੇ ਪਹਿਲਾਂ ਉਹਨੇ ਨਹਾ ਲਿਆ ਜੀ, ਉਹ ਬਸ ਨਹਾ ਖਾਧਾ ਲਿਆ ਪੂਰਾ ਹੋ ਗਿਆ। ਉਹ ਤਾਂ ਹੋਰ, ਉਹ ਸਦਾਮ ਹੁਸੈਨ ਨੂੰ ਪਹਿਲਾਂ ਕਿਉਂ ਨਹੀਂ ਮਿਲਿਆ? ਸਦਾਮ ਹੁਸੈਨ ਨੂੰ ਜੇ ਮਿਲ ਜਾਂਦਾ ਸ਼ਾਇਦ ਉਹ ਪਤਾ ਹੀ ਨਾ ਲੱਗਦਾ ਦੁਨੀਆਂ ਨੂੰ ਕਿੱਥੇ ਛੁਪਿਆ। ਪ੍ਰਣਵ ਜੀ ਹੁਣ ਉਹਨਾਂ ਕਿਉਂ ਨਹੀਂ ਸੀ, ਇਰਾਨ ਦੀ ਖਬਰ ਏਜੰਸੀ ਆ ਇਸਲਾਮਿਕ ਰਿਪਬਲਿਕ ਨਿਊਜ਼ ਏਜੰਸੀ IRNA, ਉਹਦੇ ਮੁਤਾਬਕ ਉਹ ਇੰਨੇ ਸਾਲਾਂ ਬਾਅਦ ਲਾਹੌਰ ਤੋਂ ਕੁਝ ਸਮੇਂ ਬਾਅਦ ਬਿਮਾਰ ਹੋ ਗਿਆ ਤੇ ਐਤਵਾਰ ਨੂੰ ਉਹਦੀ ਮੌਤ ਹੋ ਗਈ। 2014 ਦੇ ਵਿੱਚ ਤਹਿਰਾਨ ਟਾਈਮਸ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ 'ਚ ਉਹਨੇ ਦੱਸਿਆ ਸੀ ਵੀ ਉਹਦਾ ਮਨਪਸੰਦ ਭੋਜਨ ਸ਼ਾਹੀ ਇੱਕ ਜਾਨਵਰ ਹੈ ਤੇ ਉਹ ਜ਼ਮੀਨ ਦੇ ਵਿੱਚ ਇੱਕ ਖੱਡ ਦੇ ਦੇਸਗਾ ਪਿੰਡ ਦੇ ਵਿੱਚ ਸੰਬੰਧਿਤ ਗੁਆਂਢੀਆਂ ਵੱਲੋਂ ਬਣਾਈ ਇੱਕ ਇੱਟਾਂ ਦੀ ਝੋਪੜੀ ਦੇ ਵਿੱਚ ਰਹਿੰਦਾ, ਤੇ ਉਸਨੇ ਤਹਿਰਾਨ ਟਾਈਮਸ ਨੂੰ ਇਹ ਵੀ ਦੱਸਿਆ ਸੀ ਵੀ ਜਦੋਂ ਉਹ ਛੋਟਾ ਸੀ ਤਾਂ ਉਸਦੇ ਭਾਵਨਾਤਮਕ ਸੱਟਾਂ ਤੋਂ ਬਾਅਦ ਕਈ ਬਹੁਤ ਅਸਧਾਰਨ ਕਿਸਮ ਦੇ ਫੈਸਲੇ ਕੀਤੇ। IRNA ਦੇ ਮੁਤਾਬਕ ਕਈ ਸਾਲਾਂ ਤੋਂ ਨਾ ਨਹਾਉਣ ਕਾਰਨ ਉਹਦੀ ਚਮੜੀ ਦੇ ਉੱਤੇ ਕਾਲਖ ਇੰਨੀ ਜੰਮ ਗਈ ਸੀ ਤੇ ਉਹਦੇ ਚ ਪਸ ਭਰ ਗਈ ਸੀ, ਪਸ ਪੈ ਗਈ ਸੀ ਉਹਦੇ ਚਮੜੀ ਦੇ ਵਿੱਚ, ਤੇ ਉਸਦੀ ਖੁਰਾਕ ਦੇ ਵਿੱਚ ਸੜੇ ਹੋਏ ਮੀਟ, ਪੁਰਾਣੇ ਤੇਲ ਦੇ ਡੱਬਿਆਂ ਚ ਪਾਇਆ ਹੋਇਆ ਪੀਣ ਵਾਲਾ ਗੰਦਾ ਪਾਣੀ ਉਹ ਸ਼ਾਮਿਲ ਸੀ। ਉਹ ਸਿਗਰਟਾਂ ਬਹੁਤ ਪੀਂਦਾ ਸੀ ਪਰਾ ਜੀ, ਜਿਹੜੀ ਮੈਂ ਉਹਦੀ ਤਸਵੀਰ, ਹਾਂ ਮੈਂ ਉਹਦੀ ਜਿਹੜੀ ਤਸਵੀਰ ਦੇਖੀ ਨਾ, ਉਹਦੀ ਤਸਵੀਰ BBC ਦੇ ਉੱਤੇ ਮੈਂ ਨਜ਼ਰ ਹੋਈ ਦੇਖੀ ਆ, ਉਹ 4 ਸਿਗਰਟਾਂ ਇਕੱਠੀਆਂ ਲਾ ਕੇ ਉਂਗਲਾਂ ਦੇ ਵਿੱਚ ਚਾਰਾਂ ਨੂੰ ਇਕੱਠੀਆਂ ਮਧਾ ਕੇ ਸੂਤੇ ਮਾਰ ਰਿਹਾ ਤੇ ਉਹਦੇ ਚੋਂ ਨਿਕਲਣ ਵਾਲੇ ਧੂੰਏ ਕਰਕੇ ਉਹਦਾ ਚਿਹਰਾ ਵੀ ਸਾਫ਼ ਦਿਖਾਈ ਦੇ ਨਹੀਂ ਰਿਹਾ। ਤੇ ਇੱਕੋ ਸਮੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ 4-4, 5-5 ਸਿਗਰਟਾਂ ਪੀਂਦਾ ਸੀ, ਤੇ ਮਾਨਸਿਕ ਪਰੇਸ਼ਾਨੀ ਦਾ ਉਹ ਅਸਲ ਚ ਸ਼ਿਕਾਰ ਸੀ ਤੁਹਾਡਾ ਜੀ। IRNA ਮੁਤਾਬਕ ਉਹਨੂੰ ਨਹਾਉਣ ਜਾਂ ਪੀਣ ਵਾਲਾ ਸਾਫ਼ ਪਾਣੀ ਦੇਣ ਦੀਆਂ
ਕੋਸ਼ਿਸ਼ਾਂ ਜਿਹੜੀਆਂ ਸੀ, ਜਦੋਂ ਵੀ ਕੋਈ ਕੋਸ਼ਿਸ਼ ਕਰਦਾ ਸੀ ਵੀ ਉਹਨੂੰ ਪੀਣ ਲਈ ਸਾਫ਼ ਪਾਣੀ ਦੇ ਦਈਏ ਜਾਂ ਉਹਨੂੰ ਨਹਾਉਣ ਲਈ ਕਹੀਏ ਵੀ ਤੂੰ ਨਹਾਉਣਾ, ਤਾਂ ਉਹ ਗੱਲਾਂ ਉਹਨੂੰ ਉਦਾਸ ਕਰ ਦਿੰਦੀਆਂ ਸੀ ਤੇ ਉਹ ਉਦਾਸ ਹੋ ਜਾਂਦਾ ਸੀ। ਖ਼ਬਰ ਏਜੰਸੀ ਏਐਨਆਈ ਦੇ ਮੁਤਾਬਕ ਕਿਸੇ ਭਾਵਕ ਪਰੇਸ਼ਾਨੀ ਦੇ ਚੱਲਦਿਆਂ ਅਮੋ ਨੇ ਤਾਜ਼ਾ ਭੋਜਨ ਖਾਣਾ ਵੀ ਛੱਡ ਦਿੱਤਾ ਸੀਗਾ। ਸਾਲ 2013 ਦੇ ਵਿੱਚ ਅਮੋ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਇੱਕ ਡਾਕੂਮੈਂਟਰੀ ਫਿਲਮ ਦ ਸਟ੍ਰੇਂਜਰ ਲਾਈਫ ਆਫ ਅਮੋ ਹਾਜ਼ੀ ਵੀ ਬਣੀ ਸੀ। 2013 ਚ ਉਹਦੀ ਜ਼ਿੰਦਗੀ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਬਣ ਚੁੱਕੀ ਹੈ। ਹਾਲਾਂਕਿ ਸਭ ਤੋਂ ਲੰਬਾ ਸਮਾਂ ਉਹਨਾਂ ਨੇ ਬਿਨਾਂ ਨਹਾਏ ਤੋਂ ਰਹਿਣ ਦਾ ਰਿਕਾਰਡ ਵੀ ਇੱਕ ਬਹਿਸ ਦਾ ਵਿਸ਼ਾ ਰਿਹਾ ਤੇ 2009 ਦੇ ਵਿੱਚ ਇੱਕ ਭਾਰਤੀ ਵਿਅਕਤੀ ਬਾਰੇ ਰਿਪੋਰਟਾਂ ਆਈਆਂ ਸਨ ਜਿਸ ਨੇ ਉਸ ਸਮੇਂ ਤੱਕ 35 ਸਾਲਾਂ ਤੋਂ ਕਦੇ ਆਪਣੇ ਦੰਦ ਨਹੀਂ ਧੋਤੇ ਸੀ ਤੇ ਕਦੇ ਬੁਰਸ਼ ਨਹੀਂ ਸੀ ਕੀਤਾ ਤੇ ਉਸ ਸਮੇਂ ਤੋਂ ਬਾਅਦ ਉਹ ਕਿੱਥੇ ਆ ਉਹਦੇ ਬਾਰੇ ਹਜੇ ਕਿਸੇ ਨੂੰ ਪਤਾ ਨਹੀਂ। ਭਾਰਤ ਜੀ ਹੈਗਾ ਕਿਹਾ ਜਾਂਦਾ ਜੀਤ ਵੜਾ ਜੀ। ਬਿਲਕੁਲ ਗੱਲ ਸਾਹਿਬ, ਹੁਣ ਸਮਾਂ ਥੋੜਾ, ਜਾਂਦੇ ਜਾਂਦੇ ਇਹ ਵੀ ਦੱਸ ਦਿਓ, ਸੁਪਰੀਮ ਕੋਰਟ ਵੱਲੋਂ ਕਤਲ ਦੇ ਇੱਕ ਮਾਮਲੇ ਦੇ ਵਿੱਚ ਇੱਕ ਹੋਰ ਕੇਸ 'ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਝਟਕਾ ਲੱਗਿਆ। ਹਾਂ ਤੁਹਾਡਾ ਜੀ, ਅਜੇ ਮਿਸ਼ਰਾ ਟੈਣੀ ਨੇ ਇੱਕ 20 ਸਾਲ ਪੁਰਾਣੇ ਕੇਸ ਦੇ ਵਿੱਚ, ਹਾਲਾਂਕਿ ਉਸ ਕੇਸ ਦੇ ਵਿੱਚ ਸਬੂਤਾਂ ਦੀ ਘਾਟ ਕਰਕੇ ਉਹਨੂੰ ਬਰੀ ਕਰ ਦਿੱਤਾ ਸੀ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਦਾਇਰ ਅਰਜ਼ੀ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਜਿਹੜੇ ਭਾਰਤ ਦੇ ਚੀਫ ਜਸਟਿਸ ਯੂ ਲਲਿਤ, ਜਸਟਿਸ ਬੇਲਾ ਐਮ ਤ੍ਰਿਵੇਦੀ ਦੇ ਬੈਂਚ ਨੇ ਦੱਸਿਆ ਵੀ ਤਬਾਦਲੇ ਦੀ ਮੰਗ ਇਸ ਆਧਾਰ ਤੇ ਕੀਤੀ ਗਈ ਸੀ ਵੀ ਲਖਨਊ ਦੇ ਵਿੱਚ ਜਿਹੜੀ ਹਾਈਕੋਰਟ ਦੇ ਵਿੱਚ ਕੇਸ ਦੀ ਬਹਿਸ ਕਰਨ ਵਾਲੇ ਜਿਹੜੇ ਸੀਨੀਅਰ ਵਕੀਲ ਨੇ ਉਹ ਆਮ ਤੌਰ ਤੇ ਇਲਾਹਾਬਾਦ 'ਚ ਰਹਿੰਦੇ ਨੇ ਤੇ ਉਮਰ ਵੱਡੀ ਹੋਣ ਕਰਕੇ ਉਹਨਾਂ ਲਈ ਇਹ ਸੰਭਵ ਨਹੀਂ ਹੈ ਵੀ ਉਹ ਨਿੱਤ ਦਿਹਾੜੇ ਲਖਨਊ ਜਾ ਸਕਣ। ਇਸ ਕਰਕੇ ਬੈਂਚ ਨੇ ਕਿਹਾ ਵੀ ਅਸੀਂ ਇਹਨਾਂ ਸਾਰੇ ਗੱਲਾਂ 'ਚ ਨਹੀਂ ਪੈਣਾ ਵੀ ਕੌਣ ਵਕੀਲ ਕਿੱਥੇ ਰਹਿੰਦਾ। ਉਹ ਕਹਿੰਦੇ ਵੀ ਦੋਨੋਂ ਧਿਰਾਂ ਦੇ ਵਕੀਲਾਂ ਦੀ ਸਹਿਮਤੀ ਦੇ ਨਾਲ ਹਾਈਕੋਰਟ ਨੇ 10 ਨਵੰਬਰ ਨੂੰ ਸੁਣਵਾਈ ਲਈ ਤਰੀਕ ਤੈਅ ਕੀਤੀ ਹੋਈ ਆ ਪਹਿਲਾਂ ਹੀ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਤੁਹਾਡੇ ਵਕੀਲ ਨੇ ਜੇ ਉਹਨਾਂ ਦੀ ਉਮਰ ਵੱਡੀ ਆ ਉਹ ਆਪ ਹਾਜ਼ਰ ਨਹੀਂ ਹੋ ਸਕਦੇ ਤਾਂ ਉਹ ਅਦਾਲਤ ਨੂੰ ਬੇਨਤੀ ਕਰਕੇ ਵੀਡੀਓ ਕਾਨਫਰੰਸ ਰਾਹੀਂ ਆਪਣਾ ਪੱਖ ਪੇਸ਼ ਕਰ ਲੈਣ ਤੇ ਜੇ ਉੱਥੇ ਉਹ ਨਹੀਂ ਜਾ ਸਕਦੇ ਤੇ ਤੁਹਾਡਾ ਜੀ ਮੈਂ ਤੁਹਾਨੂੰ ਯਾਦ ਕਰਾ ਦਿਆਂ ਵੀ ਇਹ ਮਾਮਲਾ ਸਾਲ 2000 ਦਾ ਅੱਜ ਤੋਂ 22 ਸਾਲ ਪੁਰਾਣਾ ਕੇਸ ਆ ਇਹ। ਲਖੀਮਪੁਰ ਖੀਰੀ ਦੇ ਵਿੱਚ 24 ਸਾਲਾ ਪ੍ਰਭਾਤ ਗੁਪਤਾ ਦਾ ਕਤਲ ਨਾਲ ਸੰਬੰਧਿਤ ਇਹ ਮਾਮਲਾ ਵਾ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਗੁਪਤਾ ਕਤਲ ਕੇਸ ਦੇ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ ਪਰ 2004 ਦੇ ਵਿੱਚ ਉਹਨੂੰ ਬਰੀ ਕਰ ਦਿੱਤਾ ਤੇ ਉਹਦੇ ਖਿਲਾਫ ਉਸ ਤੋਂ ਬਾਅਦ ਰਾਜ ਸਰਕਾਰ ਦੇ ਫੈਸਲੇ ਦੇ ਖਿਲਾਫ ਅਪੀਲ ਜਿਹੜੀ ਆ ਰਾਜ ਸਰਕਾਰ ਨੇ ਵੀ ਕਰਤੀ ਸੀ ਤੇ ਉੱਧਰ ਲਖੀਮਪੁਰ ਖੀਰੀ ਦੇ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮਿਸ਼ਰਾ ਤੇ ਹੋਰਾਂ ਨੂੰ ਭਾਵੇਂ ਉਦੋਂ ਬਰੀ ਕਰਤਾ ਪਰ ਉਹ ਪ੍ਰਭਾਤ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਇਸ ਫੈਸਲੇ ਨੂੰ ਚੁਣੌਤੀ ਦਿੰਦੀ ਹੋਈ ਇੱਕ ਨਜ਼ਰਸਾਨੀ ਪਟੀਸ਼ਨ ਹੋਰ ਪਾਈ ਹੋਈ ਆ ਤੇ ਇਸ ਵੇਲੇ ਹਾਈਕੋਰਟ ਦੇ ਵਿਚਾਰ ਦੀ ਨਾ ਤੇ ਮੂਹਰੇ 10 ਨਵੰਬਰ ਜਿਹੜਾ ਉਦੋਂ ਇਹਦੀ ਸੁਣਵਾਈ ਹੋਣੀ ਆ ਤੇ ਤੁਹਾਨੂੰ ਯਾਦ ਹੋਣਾ ਜਦੋਂ ਲਖੀਮਪੁਰ ਖੀਰੀ ਵਾਲੀ ਉਹ ਘਟਨਾ ਵਾਪਰੀ ਜਿੱਥੇ ਤਕੋਣੀਆਂ ਪਿੰਡ ਦੇ ਵਿੱਚ ਜੀਪ ਦੇ ਨਾਲ ਅਜੇ ਮਿਸ਼ਰਾ ਟੈਣੀ ਦੇ ਪੁੱਤ ਨੇ ਕਿਸਾਨ ਆਗੂਆਂ ਨੂੰ ਦਰੜ ਕੇ ਮਾਰ ਦਿੱਤਾ ਸੀ ਤੇ ਜਿੱਥੇ ਇੱਕ ਪੱਤਰਕਾਰ ਦੀ ਜਾਨ ਵੀ ਲੈ ਲਈ ਗਈ ਸੀ। ਇਹ ਘਟਨਾ ਵਾਪਰਨ ਤੋਂ ਕੁਛ ਦਿਨ ਪਹਿਲਾਂ ਅਜੇ ਮਿਸ਼ਰਾ ਟੈਣੀ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕੁਛ ਸ਼ਬਦ ਬੋਲੇ ਸੀ, ਮੈਂ ਉਹ ਯਾਦ ਹੀ ਕਰਾਉਣੇ ਚਾਹੁੰਦਾ ਨਾ, ਭਾਵੇਂ ਉਹਦਾ ਇਸ ਕੇਸ ਨਾਲ ਕਿੰਨਾ ਸੰਬੰਧ ਆ ਕਿੰਨਾ ਨਹੀਂ ਹੈ ਮੈਂ ਨਹੀਂ ਜਾਣਦਾ, ਪਰ ਇਹ ਗੱਲ ਪੱਕੀ ਆ ਵੀ ਅਜੇ ਮਿਸ਼ਰਾ ਟੈਣੀ ਨੇ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਵੀ ਬੰਦੇ ਬਣ ਜਾਓ, ਸੁਧਰ ਜਾਓ, ਜੇ ਨਹੀਂ ਸੁਧਰੋਗੇ ਤਾਂ ਮੈਨੂੰ ਸੁਧਾਰਨਾ ਆਉਂਦਾ ਤੇ ਇਹਦੇ ਲਈ ਮਿੰਟ ਹੀ ਲੱਗਣੇ ਨੇ, ਘੰਟੇ ਨਹੀਂ ਲੱਗਣੇ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਮੈਂ MP ਜਾਂ ਮੰਤਰੀ ਬਣਨ ਤੋਂ ਪਹਿਲਾਂ ਕੁਛ ਹੋਰ ਵੀ ਹੁੰਦਾ ਸੀ ਤੇ ਉਦੋਂ ਤਾਂ ਨਹੀਂ ਆਪਾਂ ਨੂੰ ਸਮਝ ਆਈ ਵੀ ਉਹ ਹੋਰ ਕੀ ਹੁੰਦਾ ਸੀ, ਪਰ ਆਹ ਅਦਾਲਤੀ ਕੇਸ ਨੂੰ ਜਦੋਂ ਸਮਝਿਆ ਤਾਂ ਪਤਾ ਲੱਗਿਆ ਵੀ ਉਹ ਕੁਛ ਹੋਰ ਵੀ ਹੁੰਦਾ ਸੀ, ਭਾਵੇਂ ਸਬੂਤਾਂ ਦੀ ਘਾਟ ਕਰਕੇ ਬਰੀ ਹੋ ਗਿਆ ਸੀ ਪਰ ਹੁਣ ਉਹਦੇ ਸਿਰ ਦੇ ਉੱਤੇ ਦੁਬਾਰਾ ਤਲਵਾਰ ਲਟਕਦੀ ਆ ਤੇ ਇਹ ਸੁਪਰੀਮ ਕੋਰਟ ਨੇ ਉਹਨੂੰ ਰਾਹਤ ਦੇਣ ਤੋਂ ਇਨਕਾਰ ਕਰਤਾ। ਟਵਾਣਾ ਜੀ ਹੁਣ ਦੇਖਦੇ ਆ ਉਹਦੀ ਸੁਣਵਾਈ 10 ਤਰੀਕ ਨੂੰ ਕੀ ਨਤੀਜਾ ਕੱਢੂਗੀ। ਜੀ ਟਵਾਣਾ ਜੀ, ਗੱਲ ਸਾਹਿਬ ਕਮਾਲ ਦੀ ਗੱਲ ਤੁਸੀਂ ਕਹੀ ਹੈ, ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ।
ਤੇ ਤੁਹਾਡੇ ਕੋਲ ਇਜਾਜ਼ਤ ਲੈਣੀ ਪਊਗੀ ਕਿਉਂਕਿ ਸਮਾਂ ਥੋੜ੍ਹਾ। ਸੋ ਟਹਿਣਾ ਸਾਹਿਬ ਦਾ ਵੀ ਟਾਈਮ ਹੋ ਗਿਆ, ਸੋ ਦਿਓ ਇਜਾਜ਼ਤ, ਕੱਲ੍ਹ ਨੂੰ ਮਿਲਦੇ ਹਾਂ ਫਿਰ। ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਤੁਹਾਡਾ ਜੀ, ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸੋ ਦੋਸਤੋ, ਇਹ ਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ। ਵੱਧਦੇ ਹਾਂ ਜੀ ਅਗਲੇ ਪ੍ਰੋਗਰਾਮ ਵੱਲ। ਮੈਂ ਲੈ ਕੇ ਆਉਣਾ ਟਹਿਣਾ ਸਾਹਿਬ ਨੂੰ, ਜੁੜੇ ਹੋ ਰੇਡੀਓ ਚੰਨ ਪ੍ਰਦੇਸ਼ੀ ਦੇ। ਸ਼ਾਹੀ ਪਨੀਰ, ਕੜਾਈ ਪਨੀਰ, ਦਾਲ ਮੱਖਣੀ, ਚਨਾ ਦਾਲ, ਕਾਲੀ ਦਾਲ, ਦਾਲ ਤੜਕਾ, ਪਾਲਕ ਪਨੀਰ, ਰਾਇਤਾ, ਆਲੂ ਜੀਰਾ, ਆਲੂ ਗੋਭੀ, ਛੋਲੇ ਭਟੂਰੇ, ਪਾਓ ਭਾਜੀ, ਦਹੀਂ ਗੋਲਗੱਪੇ, ਦਿਲ ਕਰੇ ਜੋ ਖਾਓ ਉਹ। ਢਾਬਾ ਮਿੱਤਰਾਂ ਦਾ ਇੰਡੀਅਨ ਕੁਜ਼ੀਨ, ਖੁਸ਼ਬੂ ਇੰਡੀਆ ਵਾਲੀ ਤੇ ਸਵਾਦ ਪੰਜਾਬ ਵਾਲਾ। ਢਾਬਾ ਮਿੱਤਰਾਂ ਦਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ ਤੇ ਨਾਲ ਹੀ ਲੁਤਫ ਲੈ ਸਕਦੇ ਹੋ ਕਲੀਨ ਰੂਮ ਤੇ ਸ਼ਾਵਰ ਦਾ। ਤੇ ਇੱਕ ਗੱਲ ਹੋਰ, ਟਰੱਕਾਂ ਵਾਲੇ ਵੀਰ ਇੱਥੇ ਬੈਠ ਕੇ ਵੀ ਖਾ ਸਕਦੇ ਨੇ ਤੇ ਆਪਣਾ ਖਾਣਾ ਪੈਕ ਕਰਾ ਕੇ ਵੀ ਨਾਲ ਲਿਜਾ ਸਕਦੇ ਨੇ। ਸੋ ਯਾਦ ਰੱਖੋ, ਢਾਬਾ ਮਿੱਤਰਾਂ ਦਾ, ਹਾਈਵੇ 30 ਐਗਜ਼ਿਟ 153 ਵਿਨਫੀਲਡ ਟੈਕਸਸ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 903-524-2138 ਤੇ। ਢਾਬਾ ਮਿੱਤਰਾਂ ਦਾ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਟਿਵਾਣਾ ਐਟ 219-670-4579 ਔਰ ਈਮੇਲ ਐਟ sales@channpardesi.com। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ, MTL ਵਾਲਿਆਂ ਨੂੰ ਲੋੜ ਹੈ ਟਰੱਕ ਡਰਾਈਵਰਾਂ ਦੀ। ਜਿੱਥੇ ਹਨ ਨਵੇਂ ਟਰੱਕ, ਲੋਕਲ ਤੇ ਲੌਂਗ ਹਾਲ ਰੂਟ 1800 ਤੋਂ 2400 ਪਰ ਵੀਕ ਪੇ, ਤੇ ਨਾਲ ਹੀ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦੀ ਸੁਵਿਧਾ। ਕਰਾਉਣਾ ਹੋਵੇ ਆਇਲ ਚੇਂਜ, ਬ੍ਰੇਕਾਂ ਦਾ ਕੰਮ, ਜਾਂ ਫਿਰ ਲੈਣੇ ਹੋਣ ਨਵੇਂ ਟਾਇਰ, ਲੋੜ ਹੋਵੇ ਰੋਡ ਸਾਈਡ ਸਰਵਿਸ ਦੀ, ਯਾਦ ਰੱਖੋ ਇੱਕ ਹੀ ਨਾਮ, MTL ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਤੇ ਹਾਂ, ਇੱਕ ਗੱਲ ਹੋਰ, ਇੱਥੇ ਟ੍ਰੇਲਰ ਰੈਂਟ ਤੇ ਵੀ ਦਿੱਤੇ ਜਾਂਦੇ ਨੇ। ਹਾਈਵੇ 85 ਐਗਜ਼ਿਟ 78 ਸਪਾਰਟਨਬਰਗ ਸਾਊਥ ਕੈਰੋਲੀਨਾ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ ਗੁਰਵਿੰਦਰ ਸਿੰਘ ਮਾਨ ਨੂੰ 864-583-7850 ਤੇ, ਜਾਂ ਫਿਰ ਨੰਬਰ ਡਾਇਲ ਕਰੋ 415-712-4003। ਟਰੱਕ ਦੀ ਸੇਲ ਤੇ ਰਿਪੇਅਰ ਲਈ ਯਾਦ ਰੱਖੋ, MTL ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ। ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ। ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਗਰੋਸਰੀ ਲੈਣੀ ਹੋਵੇ ਤਾਂ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਜਵੈਲਰੀ ਲੈਣੀ ਹੋਵੇ? ਬਿਗ ਬਾਜ਼ਾਰ ਪਲਾਜ਼ਾ। ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ? ਸਿੰਪਲ ਹੈ ਜੀ, ਬਿਗ ਬਾਜ਼ਾਰ ਪਲਾਜ਼ਾ। ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ। ਮਿਲੂਗਾ ਜੀ, ਮਿਲੂਗਾ, 100% ਹੀ ਮਿਲੂਗਾ। ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ। ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ। ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924, 317-406-9924। ਬਿਗ ਬਾਜ਼ਾਰ ਤੋਂ ਇੰਡੀਅਨ ਗਰੋਸਰੀ, ਸਵੀਟਸ ਜਾਂ ਕੈਟਰਿੰਗ ਸਰਵਿਸ ਲਈ ਨੰਬਰ ਨੋਟ ਕਰ ਲਓ 317-640-2400, 317-640-2400। ਬਿਗ ਬਾਜ਼ਾਰ ਪਲਾਜ਼ਾ ਦਾ ਪਤਾ ਨੋਟ ਕਰ ਲਓ, ਨੀਅਰ 465 ਐਮਰਸਨ ਐਕਸਿਟ, 5425 ਈਸਟ ਥੌਮਸਨ ਰੋਡ, ਇੰਡੀਅਨ ਐਪਲਸ, ਇੰਡੀਆਨਾ 46237। ਬਈ, ਟਰੱਕ ਚਲਾਉਂਦਿਆਂ ਤਾਂ ਟਾਈਮ ਬਹੁਤ ਹੋ ਗਿਆ, ਪਰ ਕੋਈ ਇਹ ਜੀ ਕੰਪਨੀ ਦੱਸ ਜਿਹੜੀ ਪੇ ਵੀ ਵਧੀਆ ਦੇਵੇ ਤੇ ਨਾਲੇ ਯਾਰ ਸਟੀਅਰਿੰਗ ਤੇ ਬਹਿ ਕੇ ਨਵੀਂ ਗੱਡੀ ਚਲਾਉਣ ਦਾ ਨਜ਼ਾਰਾ ਵੀ ਆਵੇ। ਲੱਗਦਾ ਤੂੰ ਬੁੱਟਰ ਕੈਰੀਅਰ ਬਾਰੇ ਨਹੀਂ ਸੁਣਿਆ। ਉਹ ਕਿਹੜੇ ਯਾਰ ਬੁੱਟਰ ਕੈਰੀਅਰ? ਉਹ ਬਾਈ ਜੀ, ਬੁੱਟਰ ਕੈਰੀਅਰ ਵਾਲੇ 60 ਸੈਂਟ ਤੋਂ ਤਾਂ ਸ਼ੁਰੂ ਕਰਦੇ ਨੇ, ਡੈਲਸ ਤੋਂ ਕੈਲੀਫੋਰਨੀਆ ਤੇ ਨਾਰਥ ਈਸਟ, ਤੇ ਇੱਕ ਸਾਲ ਬਾਅਦ ਵਧੀਆ ਬੋਨਸ ਦਿੰਦੇ ਐ। ਤੂੰ ਨਾ ਮੇਰੀ ਗੱਲ ਮੰਨ,
तू डीसी बुट्टर हुणा नूं कॉल कर ला। नंबर नोट कर 408-590-6732। नंबर एक बारी फिर नोट कर ला डीसी बुट्टर हुणा दा 408-590-6732। ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਜੀ। ਟੈਣਾ ਸਾਹਿਬ, ਕੇਜਰੀਵਾਲ ਦਾ ਨਵਾਂ ਸਟੰਟ, ਨੋਟਾਂ ਤੇ ਮਾਤਾ ਲੱਛਮੀ ਦੀ ਫੋਟੋ ਜਾਂ ਫਿਰ ਭਗਵਾਨ ਸ਼੍ਰੀ ਗਣੇਸ਼ ਜੀ ਦੀ ਫੋਟੋ ਹੋਵੇ ਤਾਂ ਦੇਸ਼ ਖੁਸ਼ਹਾਲ ਹੋ ਜਾਊਗਾ। ਮੈਂ ਵੀ ਇਸ ਗੱਲ ਦੇ ਉੱਤੇ ਕੁਝ ਹੈਰਾਨ ਹਾਂ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਤੇ ਕੀ ਉਹਨਾਂ ਨੇ ਕਹਿਤਾ, ਕਿਉਂਕਿ ਇਸ ਗੱਲ ਦੀ ਕਿਸੇ ਨੂੰ ਆਸ ਨਹੀਂ ਸੀ ਵੀ ਕੇਜਰੀਵਾਲ ਵਰਗਾ ਬੰਦਾ ਵੀ ਇੱਦਾਂ ਦੀ ਗੱਲ ਕਰੂਗਾ। ਕੇਜਰੀਵਾਲ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਬੀਜੇਪੀ ਦੇ ਵੱਲੋਂ ਧਰਮ ਦੀ ਰਾਜਨੀਤੀ ਕੀਤੀ ਜਾਂਦੀ ਹੈ। ਬੜੀ ਵਾਰ ਉਹਨਾਂ ਨੇ ਗੱਲ ਕਹੀ ਹੈ ਕਿ ਹਮਾਰੇ ਦੇਸ਼ ਮੇ ਐਸੀ ਬਾਤੇਂ ਹੋਣੀ ਨਹੀਂ ਚਾਹੀਏ, ਤੇ ਬਹੁਤ ਵਾਰੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਮੇ ਤੋਂ ਰਾਜਨੀਤੀ ਆਤੀ ਨਹੀਂ, ਹਮ ਤੋਂ ਰਾਜਨੀਤੀ ਕਰਨੇ ਆਏ ਹੀ ਨਹੀਂ। ਪਰ ਮੈਨੂੰ ਹੁਣ ਇਹ ਲੱਗਣ ਲੱਗ ਪਿਆ ਵੀ ਕੇਜਰੀਵਾਲ ਫਲਕ ਕਰਨ ਦੇ ਉੱਤੇ ਝੂਠ ਬੋਲ ਰਿਹਾ, ਉਹਨੂੰ ਰਾਜਨੀਤੀ ਕਰਨੀ ਵੀ ਆਉਂਦੀ ਹੈ ਤੇ ਉਹ ਆਪਦੀ ਗੱਲ ਅਵੱਲੇ ਤਰੀਕੇ ਨਾਲ ਰੱਖ ਵੀ ਦਿੰਦਾ। ਸੋ ਮੈਂ ਹੈਰਾਨ ਇਸ ਗੱਲ ਦੇ ਉੱਤੇ ਵੀ ਇੰਨਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਰਿਹਾ ਹੋਵੇ, ਜਿਹਨੂੰ ਬਹੁਤ ਕੁਝ ਦਾ ਪਤਾ ਹੋਵੇ, ਤੇ ਉਹ ਵੀ ਇਹੋ ਜਿਹੀ ਗੱਲ ਕਰ ਮਾਰਦਾ। ਉਸ ਤੋਂ ਬੜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਕੱਲ ਉਹਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ, ਕਹਿੰਦਾ ਭਾਰਤ ਦੀ ਅਰਥ ਵਿਵਸਥਾ ਜਿਹੜੀ ਉਹਦੇ ਵਿੱਚ ਕਈ ਤਰ੍ਹਾਂ ਦੀ ਖੜੋਤ ਆਈ ਪਈ ਹੈ। ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਇਹ ਖੜੋਤ ਟੁੱਟ ਸਕਦੀ ਹੈ ਜੇਕਰ ਨੋਟਾਂ ਦੇ ਉੱਤੇ ਗਾਂਧੀ ਦੀ ਫੋਟੋ ਇੱਕ ਪਾਸੇ ਹੈਗੀ ਆ, ਦੂਜੇ ਪਾਸੇ ਉਹ ਕਹਿੰਦਾ ਫੋਟੋ ਹੋ ਜੇ ਮਾਤਾ ਤੇ ਗਣੇਸ਼ ਜੀ ਦੀ। ਕਹਿੰਦਾ ਵੀ ਜਿਹੜਾ ਗਣੇਸ਼ ਜੀ ਆ ਇਹ ਵਿਘਨ ਨੂੰ ਖਤਮ ਕਰਨ ਵਾਲੇ ਆ, ਅੜਿੱਕਿਆਂ ਨੂੰ ਦੂਰ ਕਰਨ ਵਾਲੇ ਆ, ਤੇ ਲਕਸ਼ਮੀ ਮਾਤਾ ਦੀ ਆਪਾਂ ਪੂਜਾ ਕਰਦੇ ਹੀ ਆ। ਉਹ ਕਹਿੰਦੇ ਜੀ ਕਿ ਇਸ ਤਰੀਕੇ ਦੇ ਨਾਲ ਮਸਲਾ ਹੱਲ ਹੋ ਸਕਦਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਦੌੜੂਗੀ। ਹੁਣ ਮੈਨੂੰ ਲੱਗਦਾ ਵੀ ਗੁਜਰਾਤ ਦੇ ਵਿੱਚ, ਕਿਉਂਕਿ 85% ਵੋਟਾਂ ਜਿਹੜੀਆਂ ਉਹ ਹਿੰਦੂ ਭਾਈਚਾਰੇ ਦੀਆਂ, ਤੇ ਇਹਨਾਂ ਨੇ ਇਸ ਕਰਕੇ ਇਹ ਗੱਲ ਕਹੀ ਹੈ ਵੀ ਭਾਈ ਅਸੀਂ ਹਿੰਦੂ ਭਾਈਚਾਰੇ ਦੇ ਉੱਤੇ ਡੋਰੇ ਪਾਈਏ, ਹਿੰਦੂ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੇ ਲਈ ਕਿ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਕੁਝ ਕਰਕੇ ਦਿਖਾਉਣ ਦੇ ਲਈ ਇਹ ਸਾਰਾ ਕੁਝ ਕੀਤਾ। ਤੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਭਾਈ ਕੇਜਰੀਵਾਲ ਨੇ ਵੀ ਕੀਤਾ। ਲੋਕਾਂ ਨੇ ਹੁਣ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ, ਪਰ ਮੇਰੀ ਪ੍ਰਤੀਕਿਰਿਆ ਬਾਈ ਜੀ ਇਹ ਹੈ ਵੀ ਅੱਜ ਅਮਰੀਕਾ ਦਾ ਡਾਲਰ ਮਜ਼ਬੂਤ ਆ, ਇਹ ਅਮਰੀਕਾ ਦਾ ਡਾਲਰ ਜਿਹੜਾ ਕਾਫੀ ਅੱਜ ਕੱਲ੍ਹ ਤਕੜਾ, ਇਹਦਾ ਮਤਲਬ ਇਹ ਥੋੜੀ ਹੈ ਵੀ ਡਾਲਰ ਦੇ ਉੱਤੇ ਕਿਸੇ ਦੇਵੀ ਦੇਵਤੇ ਦੀ ਫੋਟੋ ਲੱਗੀ ਹੈ, ਉਹ ਤਾਂ ਮਜ਼ਬੂਤ ਹੋ ਗਿਆ। ਦੁਨੀਆਂ ਭਰ ਦੇ ਦੇਸ਼ਾਂ ਦੀ ਕਰੰਸੀ ਹੈ ਜਿਹੜੀ ਉਹ ਕਦੇ ਉੱਪਰ ਜਾਂਦੀ ਹੈ ਕਦੇ ਥੱਲੇ ਆਉਂਦੀ, ਕਦੇ ਉੱਪਰ ਜਾਂਦੀ ਕਦੇ ਥੱਲੇ ਆਉਂਦੀ ਹੈ, ਇਹਦਾ ਮਤਲਬ ਇਹ ਥੋੜੀ ਹੈ ਵੀ ਭਾਈ ਉਦੋਂ ਕਦੇ ਫੋਟੋ ਲੱਗ ਜਾਂਦੀ ਹੈ ਕਦੇ ਫੋਟੋ ਲੈ ਜਾਂਦੀ ਹੈ। ਧਰਮ ਇੱਕ ਵੱਖਰਾ ਵਿਸ਼ਾ ਤੇ ਇਹ ਇੱਕ ਵੱਖਰਾ ਵਿਸ਼ਾ, ਪਰ ਸਾਡੇ ਦੇਸ਼ ਦੇ ਵਿੱਚ ਧਰਮ ਰਾਜਨੀਤੀ ਵਾਸਤੇ ਕਿਵੇਂ ਵਰਤਿਆ ਜਾਂਦਾ ਇਹ ਕੱਲ ਕੇਜਰੀਵਾਲ ਨੇ ਵਧੀਆ ਤਰੀਕੇ ਨਾਲ ਗੱਲ ਦੱਸੀ ਹੈ। ਸੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਕਿਸੇ ਵੀ ਧਰਮ ਦੇ ਖਿਲਾਫ਼ ਨਹੀਂ, ਪਰ ਕੱਲ ਨੂੰ ਬਾਈ ਜੀ ਉੱਠ ਕੇ ਕੋਈ ਇਹ ਗੱਲ ਕਹੂਗਾ ਵੀ ਭਾਈ ਸਾਡੇ ਧਰਮ ਗੁਰੂ ਦੀ ਫੋਟੋ ਲਾਓ, ਕਿਉਂਕਿ ਅਸੀਂ ਤਾਂ ਫਲਾਣੇ ਦੇ ਵਿੱਚ ਆਸਥਾ ਰੱਖਦੇ ਹਾਂ, ਜੇ ਮੰਨ ਲਓ ਕੇਜਰੀਵਾਲ ਦੀ ਗੱਲ ਨੂੰ ਮਨ ਹੀ ਲੱਗੇ ਤੇ ਜਿਹੜੇ ਇਹ ਨੋਟ ਆ ਇਹ ਤਾਂ ਲੋਕ ਵਾਰ ਵਾਰ ਕੇ ਤੇ ਡਾਂਸ ਕਰਨ ਵਾਲੇ ਦੇ ਪੈਰਾਂ ਦੇ ਵਿੱਚ ਵੀ ਆਉਂਦੇ ਆ ਤੇ ਇਹ ਲੱਤੜੇ ਵੀ ਆਉਂਦੇ ਆ, ਫਿਰ ਕਹਾਂਗੇ ਜੀ ਧਾਰਮਿਕ ਭਾਵਨਾਵਾਂ ਭੜਕਦੀ ਆ, ਫਿਰ ਪਰਚੇ ਦਰਜ ਕਰਨ ਲੱਗ ਜਾਓ। ਸੋ ਕੇਜਰੀਵਾਲ ਵਰਗੇ ਬੰਦੇ ਦੇ ਕੋਲ ਇਸ ਗੱਲ ਦੀ ਆਸ ਨਹੀਂ ਸੀ, ਜਿਹੜੀ ਉਹਨੇ ਯਵਲੀ ਮਾਰੀ ਆ ਇਹ ਬੜੀ ਹੈਰਾਨੀਜਨਕ ਹੈ ਜੀ। ਟੈਣਾ ਸਾਹਿਬ, ਦੋ ਕੁ ਗੱਲਾਂ ਤੁਹਾਨੂੰ ਦੱਸੂਗਾ। ਮੇਰੇ ਕੋਲ ਇੱਕ ਇੰਪਲਾਈ ਕੰਮ ਕਰਦਾ ਸੀ ਗੈਸ ਸਟੇਸ਼ਨ ਦੇ ਉੱਤੇ, ਉਹ ਕੈਸ਼ਰ ਉਹ ਹਿੰਦੂ ਨਾ ਹਿੰਦੂ ਸੀ ਉਹ ਵਿਚਾਰਾ, ਉੱਥੇ ਦਾ ਸੀ ਸਾਊਥ ਦਾ, ਕਰਨਾਟਕਾ ਵਾਲੇ ਪਾਸੇ ਦਾ ਸੀ। ਉਹ ਆਪਣੇ ਭਗਵਾਨ ਦੀ ਪੂਜਾ ਕਰਕੇ ਕੌਲੀ 'ਚ ਨਾ ਇੱਕ ਰਾਖ ਜਿਹਨੂੰ ਆਪਾਂ ਸਵਾਹ ਜੀ ਕਹਿੰਦੇ ਹਾਂ ਉਹ ਲੈ ਆਉਂਦਾ ਹੁੰਦਾ ਸੀ ਨਾਲ। ਪਹਿਲਾਂ ਉਹਨੇ ਉਹਦਾ ਟਿੱਕਾ ਲਾਉਣਾ, ਫਿਰ ਉਹਨੇ ਕੰਮ 'ਤੇ ਵੀ ਜੁਟੇ ਰਹਿਣਾ, ਅਤੇ ਹੌਲੀ ਹੌਲੀ ਰਾਤ ਨੂੰ ਕੀ ਕਰਦਾ ਸੀ ਨਾ ਕੈਸ਼ ਰਜਿਸਟਰ ਉੱਤੇ ਵੀ ਲਾ ਦਿੰਦਾ ਸੀ। ਕਈ ਵਾਰੀ ਮੈਂ ਦੂਜੇ ਦਿਨ ਆ ਕੇ ਦੇਖਿਆ ਬੜੀ ਸਵਾਹ ਜੀ ਡਿੱਗੀ ਆ ਵੀ ਗੱਲ ਕੀ ਹੈ ਇਹ, ਫਿਰ ਪਤਾ ਲੱਗਿਆ ਵੀ ਇਹ ਸਿੱਟ ਦਿੰਦਾ। ਕਹਿੰਦਾ ਜੀ ਇਹਦੇ ਨਾਲ ਪੈਸਾ ਬਹੁਤ ਆਉਂਦਾ, ਗਾਹਕ ਬੜੇ ਆਉਂਦੇ ਨੇ। ਗਾਹਕ ਤਾਂ ਨਹੀਂ ਆਏ
ਪਰ ਉਹ ਕੈਸ਼ ਰਜਿਸਟਰ ਨੂੰ ਕਲੀਨ ਕਰਾਉਣ ਦੇ ਲਈ ਮੇਰਾ $2,000 ਲੱਗ ਗਿਆ ਸੀ। ਬਹੁਤ ਔਖਾ ਛਡਾਇਆ ਸੀ ਉਸ ਬੰਦੇ ਨੂੰ ਮੈਂ, ਮੈਂ ਇੱਦਾਂ ਗਾਹਕ ਨਹੀਂ ਆਉਂਦੇ। ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ ਰਿਸ਼ੀ ਸੂਨਕ ਜੀ। ਇੰਗਲੈਂਡ ਇੰਨਾ ਵਧੀਆ ਦੁਨੀਆ ਦੇ ਵਿੱਚ ਮੰਨਿਆ ਹੋਇਆ, ਦੁਨੀਆ 'ਤੇ ਰਾਜ ਕੀਤਾ। ਅਗਰ ਕਿਸੇ ਦੇਵੀ ਦੇਵਤੇ ਦੀ ਫੋਟੋ ਲਾਉਣ ਦੇ ਨਾਲ ਕਰੰਸੀ ਦੀ ਉੱਤੇ ਉੱਥੋਂ ਦੀ ਆਰਥਿਕ ਜਿਹੜੀ ਹੈ ਵਿਵਸਥਾ ਜੇ ਕਹਿ ਦੇ ਆਰਥਿਕ ਹਾਲਤ ਵਧੀਆ ਹੋ ਸਕਦੀ ਹੈ, ਸ਼ਾਇਦ ਉਹ ਸਭ ਤੋਂ ਪਹਿਲਾਂ ਹੀ ਕਰ ਲੈਂਦੇ, ਇਹ ਕੰਮ ਨਹੀਂ ਸੀ ਕਰਦੇ ਉਹ। ਕੇਜਰੀਵਾਲ ਸਾਹਿਬ ਨੂੰ ਇੱਕ ਗੱਲ ਪੁੱਛਣੀ ਜ਼ਰੂਰ ਬਣਦੀ ਹੈ, ਅਗਰ ਨੋਟਾਂ ਦੇ ਉੱਤੇ ਮਾਤਾ ਲਕਸ਼ਮੀ ਜਾਂ ਭਗਵਾਨ ਸ਼੍ਰੀ ਗਣੇਸ਼ ਜੀ ਦੀ ਫੋਟੋ ਲਾ ਕੇ ਭਾਰਤ ਦਾ ਦੁਨੀਆ ਦੇ ਵਿੱਚ ਨਾਂ ਜਾ ਸਕਦਾ, ਇੰਨਾ ਅਮੀਰ ਬਣ ਸਕਦਾ, ਫਿਰ ਕੇਜਰੀਵਾਲ ਨੂੰ ਵੋਟਾਂ ਕਾਹਦੇ ਲਈ ਪਾਉਣੀਆਂ ਨੇ ਬਈ? ਅਸੀਂ ਵੋਟਾਂ ਉਹ ਦੇਵੀ ਦੇਵਤਿਆਂ ਨੂੰ ਪਾ ਦਿਆ ਕਰਾਂਗੇ, ਮੋਦੀ ਨੂੰ ਜਾਂ ਕੇਜਰੀਵਾਲ ਨੂੰ ਜਾਂ ਕਿਸੇ ਹੋਰ ਨੂੰ, ਕਿਸੇ ਨੂੰ ਵੀ ਕਿਉਂ ਵੋਟਾਂ ਪਾਈਏ? ਜੀ ਟੈਣਾ ਸਾਹਿਬ, ਬਿਲਕੁਲ ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਮੈਂ ਹੈਰਾਨ ਬਾਈ ਜੀ, ਇਸ ਕੋਈ ਹੋਰ ਨੇਤਾ ਕਵੇ ਨਾ ਗੱਲ, ਆਪਾਂ ਕਹਿ ਦਿੰਦੇ ਵੀ ਯਾਰ ਇਹਨੇ ਜਬਲੀ ਮਾਰਨੀ ਹੁੰਦੀ ਹੈ, ਕਰਦੇ ਹੀ ਆਏ ਹੁੰਦੇ ਆ, ਪਰ ਕੇਜਰੀਵਾਲ ਇਹ ਕਹਿੰਦਾ, ਇਹਦੇ ਉੱਤੇ ਹੈਰਾਨੀ ਮੈਨੂੰ ਹੋਈ ਆ। ਹੋਰ ਨੀ ਗੱਲ, ਕੇਜਰੀਵਾਲ ਉਹ ਬੰਦਾ ਜਿਹੜਾ ਕਿ ਧਰਮ ਦੀ ਰਾਜਨੀਤੀ ਦੇ ਖਿਲਾਫ਼, ਕੇਜਰੀਵਾਲ ਉਹ ਬੰਦਾ ਜਿਹੜਾ ਕਿ ਸੀਨੀਅਰ ਇਨਕਮ ਟੈਕਸ ਅਧਿਕਾਰੀ ਰਿਟਾਇਰ ਹੋਇਆ, ਕੇਜਰੀਵਾਲ ਉਹ ਬੰਦਾ ਜਿਹੜਾ ਕਿ ਇਹ ਗੱਲ ਕਹਿੰਦਾ ਕਿ ਸਾਨੂੰ ਰਾਜਨੀਤੀ ਨਹੀਂ ਆਉਂਦੀ, ਅਸੀਂ ਰਾਜਨੀਤੀ ਕਰਨੀ ਆਏ, ਅਸੀਂ ਤਾਂ ਲੋਕਾਂ ਦੀ ਸੇਵਾ ਵਾਸਤੇ ਆਏ ਹਾਂ, ਸਮਾਜ 'ਚ ਬਦਲਾਅ ਵਾਸਤੇ ਆਏ ਹਾਂ, ਅਤੇ ਕੇਜਰੀਵਾਲ ਵਰਗੇ ਬੰਦੇ ਅੱਜ ਇਹ ਗੱਲ ਕਹਿੰਦੇ ਆ। ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਬਾਈ ਜੀ ਵੀ ਉਹਨੇ ਜਬਲੀ ਤਾਂ ਦਿੱਤੀ ਮਾਲ, ਪਰ ਇਹ ਕੁਛ ਕਹਿਣ ਦੇ ਬਾਵਜੂਦ ਵੀ ਗੁਜਰਾਤ ਦੇ ਵਿੱਚ ਇਹਨਾਂ ਦੀ ਪਾਰਟੀ ਨੂੰ ਕੁਝ ਖਾਸ ਨਹੀਂ ਮਿਲ ਰਿਹਾ, ਅਤੇ ਮਿੱਟੀ ਉਹਨੇ ਪਟਾਲੀ ਜਦੋਂ ਫ੍ਰੀ ਦੇ ਵਿੱਚ ਹੀ। ਅਤੇ ਤੁਸੀਂ ਦੇਖਿਓ ਹੁਣ ਦੇ ਸਮੇਂ ਦੇ ਵਿੱਚ ਕਿ ਗੁਜਰਾਤ ਦੇ ਵਿੱਚ ਜੇਕਰ ਕੁਛ ਮਿਲਿਆ ਨਾ, ਜਾਂ ਬਹੁਤ ਘੱਟ ਮਿਲਿਆ, ਅਤੇ ਜਿੱਤਣ ਵਾਲੇ ਰਾਉਂਡ ਦੇ ਵਿੱਚ ਉੱਥੇ ਹੈ ਨਹੀਂ ਗੇ, ਅਤੇ ਨਾ ਹੀ ਹੋਣਗੇ, ਅਤੇ ਫਿਰ ਫਾਇਦਾ ਕੀ ਹੈ? ਤਦ ਤੱਕ ਜਿਹੜਾ ਬੰਦਾ ਬੀਜੇਪੀ ਨੂੰ ਇਹ ਗੱਲਾਂ ਕਹਿਣਾ ਸੀ ਕਿ ਅੱਜ ਬੀਜੇਪੀ, ਕਾਂਗਰਸ ਅਤੇ ਹੋਰ ਪਾਰਟੀਆਂ ਉਹਨੂੰ ਘੇਰ ਰਹੀਆਂ, ਅਤੇ ਅੱਜ ਪੰਜਾਬ ਦੇ ਵਿੱਚ ਵੀ ਲੋਕ ਹੈਰਾਨ ਆ ਕਿ ਯਾਰ ਅਸੀਂ ਕਿਹੜੇ ਬਦਲਾਅ ਦੀ ਗੱਲ ਕਰਦੇ ਰਹੇ ਹਾਂ, ਯਾਰ ਇਹ ਬੰਦਾ ਐਂ ਵੀ ਕਰ ਦਿੰਦਾ, ਯਾਰ ਇਸ ਬੰਦੇ ਨੂੰ ਹੋਇਆ ਕੀ ਆ? ਲੋਕ ਇੱਕ ਦੂਜੇ ਨੂੰ ਪੁੱਛ ਰਹੇ ਆ ਜੀ। ਬਿਲਕੁਲ, ਕਿਉਂਕਿ ਗੱਲ ਤਾਂ ਜਿਸ ਭਾਈ ਮੁਸਲਿਮ ਭਾਈਚਾਰਾ ਗੁਜਰਾਤ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਹੈ, ਉਹਦੇ ਬਿਆਨਾਂ ਨੇ ਸ਼ਾਇਦ ਉਲਟਾ ਗੇੜ ਵੀ ਇਹ ਫੇਰ ਦੇਣਾ, ਹਾਰ ਵੀ ਜਿਹੜੀ ਮਾੜੀ ਮੋਟੀਆਂ ਵੋਟਾਂ ਮਿਲਣੀ ਸ਼ਾਇਦ ਉਹ ਵੀ ਨਾ ਮਿਲਣ। ਅਗਲੀ ਗੱਲ ਕਰਦੇ ਹਾਂ ਟਹਿਣਾ ਸਾਹਿਬ, ਸਾਡੇ ਉਪ ਰਾਸ਼ਟਰਪਤੀ ਨੇ ਜਗਦੀਪ ਧਨਖੜ ਜੀ, ਉਹਨਾਂ ਨੇ ਹਰਿਮੰਦਰ ਸਾਹਿਬ ਆ ਕੇ, ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ, ਨਤਮਸਤਕ ਹੋਏ ਨੇ, ਬੜੀ ਉਹਨਾਂ ਦੀ ਆਓ ਭਗਤ ਕੀਤੀ ਗਈ ਹੈ। ਉਸ ਤੋਂ ਮਗਰੋਂ ਉਹ ਦੁਰਗਿਆਣਾ ਮੰਦਰ ਵੀ ਗਏ ਸੀ, ਜਿਹੜੇ ਕਿ ਖੁਦ ਉਹ ਅੱਧਾ ਘੰਟਾ ਪਹਿਲਾਂ ਦੁਰਗਿਆਣਾ ਮੰਦਰ ਚਲੇ ਗਏ, ਜਦੋਂ ਕਿ ਉਹ ਬੰਦ ਹੁੰਦਾ ਉਸ ਟਾਈਮ, ਕਿਸੇ ਨੂੰ ਪਤਾ ਨਹੀਂ ਸੀ, ਬਿਨਾਂ ਦੱਸੇ ਚਲੇ ਗਏ, ਉਹਨਾਂ ਦੇ ਉਹ ਪ੍ਰੋਟੋਕੋਲ 'ਚ ਨਹੀਂ ਸੀਗਾ। ਹੁਣ ਉਹ ਦੋਸ਼ ਲਾ ਰਹੇ ਨੇ ਕਿ ਸੁਰੱਖਿਆ ਦਾ, ਉਹਨਾਂ ਦੀ ਸੁਰੱਖਿਆ ਦੇ ਵਿੱਚ ਜਾਂ ਸਰਕਾਰ ਨੇ ਗਲਤੀ ਕੀਤੀ ਹੈ। ਜੀ ਟਾਣਾ ਸਾਹਿਬ, ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕੱਲ ਆਏ ਆ ਨਾ ਜਗਦੀਪ ਧਨਖੜ ਸਾਹਿਬ ਕਿਸੇ ਦਰਬਾਰ ਸਾਹਿਬ ਦੇ ਵਿੱਚ, ਤਾਂ ਬੜੀ ਚੰਗੀ ਗੱਲ ਆ, ਸਭ ਨੂੰ ਮੱਥਾ ਟੇਕਣ ਦਾ, ਸਭ ਨੂੰ ਨਤਮਸਤਕ ਹੋਣ ਦਾ ਹੱਕ ਆ। ਪਰ ਕੱਲ ਇਹਨਾਂ ਨੇ ਤਾਂ ਮੱਥਾ ਟੇਕ ਲਿਆ, ਪਰ 3-3.5 ਘੰਟੇ ਸੰਗਤ ਵੀ ਪਰੇਸ਼ਾਨ ਰਹੀ ਹੈ, ਗੱਲ ਇਹ ਵੀ ਸੱਚੀ ਹੈ, ਕਿਉਂਕਿ ਕਾਫਲੇ ਸਮੇਤ ਉਪ ਰਾਸ਼ਟਰਪਤੀ ਸਾਹਿਬ ਤਾਂ ਪਹੁੰਚ ਗਏ, ਪਰ ਸੰਗਤ ਦੇ ਲਈ ਤਾਂ ਵਿਘਨ ਵਾਲੀ ਗੱਲ ਪੈਦਾ ਹੋਈ ਆ, ਕਿਉਂਕਿ ਉੱਥੇ ਆਪਾਂ ਜਾਣਦੇ ਕਿ ਜਦੋਂ ਇੰਨਾ ਵੱਡਾ ਕਾਫਲਾ ਹੋਊਗਾ ਉਪ ਰਾਸ਼ਟਰਪਤੀ ਦੇ ਨਾਲ, ਤੇ ਫਿਰ ਉੱਥੇ ਪੁਲਿਸ, ਫਿਰ ਉੱਥੇ ਬਾਕੀ ਅਧਿਕਾਰੀ ਆ ਜਿਹੜੇ, ਉਹ ਵਿੱਚ ਅੜਿੱਕਾ ਵੀ ਪੈਦਾ ਕਰਿਆ ਉਹਨਾਂ ਨੇ ਵੀ ਭਾਈ ਹੁਣ ਸੰਗਤ ਜਾ ਨੀ ਸਕਦੀ, ਹੁਣ ਆ ਨੀ ਸਕਦੀ, ਇਹ ਨੀ ਹੋ ਸਕਦਾ, ਉਹ ਨੀ ਹੋ ਸਕਦਾ। ਪਰ ਕੱਲ ਧਨਖੜ ਹੋਰਾਂ ਨੇ ਉੱਥੇ ਮੱਥਾ ਵੀ ਟੇਕਿਆ, ਉਹਨੇ ਲੰਗਰ ਵੀ ਛਕਿਆ, ਉਹਨੇ ਕੀਰਤਨ ਵੀ ਸੁਣਿਆ, ਤੇ ਉਸ ਤੋਂ ਬਾਅਦ ਉਹ ਜਲ੍ਹਿਆਂਵਾਲੇ ਬਾਗ ਦੇ ਵਿੱਚ ਗਏ ਆ, ਉਸ ਤੋਂ ਬਾਅਦ ਦੁਰਗਿਆਣਾ ਮੰਦਿਰ ਵੀ ਗਏ ਆ, ਤੇ ਪਰ ਕੱਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਧਨਖੜ ਹੋਰਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਇਸ ਮੰਗ ਪੱਤਰ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਬੰਦੀ ਸਿੰਘ ਆ ਉਹ ਛੇਤੀ ਰਿਹਾ ਕੀਤੇ ਜਾਣ, ਤੇ ਮੰਗ ਪੱਤਰ ਸੌਂਪਣ ਦੇ ਮੌਕੇ ਗੱਲ ਕਹੀ ਗਈ ਆ ਵੀ ਬੰਦੀ ਸਿੰਘਾਂ ਦਾ ਕਸੂਰ ਕੋਈ ਨੀ ਗਾ, ਤੇ ਕਿਰਪਾ ਕਰਕੇ ਉਹਨੂੰ ਰਿਹਾ ਕਰਨ ਬਾਰੇ ਸੋਚੋ। ਵੱਡੇ ਪੱਧਰ ਦੇ ਉੱਤੇ ਇਸ ਵੇਲੇ ਯਤਨ ਕੀਤੇ ਗਏ ਆ, ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਹੁਣ ਉਪ ਰਾਸ਼ਟਰਪਤੀ ਸਾਹਿਬ ਆ ਜਿਹੜੇ ਜਗਦੀਪ ਧਨਖੜ, ਉਹ ਇਸ ਮਾਮਲੇ ਦੇ ਉੱਤੇ ਕੀ ਕਰ ਸਕਦੇ ਆ ਜਾਂ ਕੀ ਕਰਨਗੇ ਇਹ ਵਕਤ ਦੱਸੂਗਾ, ਪਰ ਸ਼੍ਰੋਮਣੀ ਕਮੇਟੀ ਨੇ ਆਪਦਾ ਫਰਜ਼ ਨਿਭਾਤਾ। ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੰਤਰੀ ਰਹੇ ਨੇ ਕਾਂਗਰਸ ਸਰਕਾਰ ਦੇ ਵਿੱਚ,
उन्होंने कहा कहिंदे सरकार मुड़ जामे इंसान वाली घटना नूं अंजाम देने की तैयारी च है। ये सरकार नाल मिली हुई है बाबा राम रहीम दे। जी देखो जी गल ये भी जिस तरीके गुरमीत राम रहीम बाहर आके जेल दे विचों ते हर रोज कोई ना कोई नवी गल कढ मारदा, हर रोज वह प्रचार वड्डे पद्धर ते कर रहा, तो मैंने तो कदे कदे ऐं लगता भी फील ही नहीं हुंदा मैं जेल दे विचों आया। उहदा गाना भी एक नवा आ गया साडी नित ही दिवाली, प्रचार भी ए कर रहा भी भाई कोई समस्या ही नहीं गी, ए तां वैसे ही गए थे घूमन फिरन दे लई। ओह कहिंदा जी ये मेरी रूहानी यात्रा सी, ये कोई बड़ी वड्डी गल नहीं हैगी, मैं रूहानी यात्रा ते गया सीगा, ये रूहानी यात्रा दे उत्ते जाना भी चाहीदा, ते मैं बस इस वेले बिलकुल टण टण बिलकुल तंदुरुस्त हाँ। ये प्रचार वड्डे पद्धर दे उत्ते चल रहा, ये वह तो बीजेपी के आगुआं नूं आशीर्वाद दिंदा। मैं अगे भी एक दिन हैरान सीगा बई देखो राजनीति दे करके वो अंदर गया, ये राजनीति दे चलदे बाहर आ जांदा, राजनीति दे चलदे ही उहदे नाल कई तरह के सवाल खड़े होए, राजनीति दे चलदे ही फिर आपां हुण खत्म हो रहा। ते फिर अते इह आ वी इस वेले गुरमीत राम रहीम उहदा नवां डेरा खोलण दी गल भी कर रहा, गुरमीत राम रहीम दी चढ़ाई भी हो रही है ते उहदा विरोध भी हो रहा थोड़ा थोड़ा वी भाई इहदा डेरा नवां क्यों खुलूगा। ते कल सुजिंदर सिंह रंधावा ने गल कही है जिधर जामे इंसा पाया सीगा गुरमीत राम रहीम ने, अज साडियां सरकारां उही हालात फिर पैदा कर रही, क्योंकि यह बंदा गल्लां कह रहा संगत नूं लोकां नूं कि भाई मैं ही तुहाडा गुरु सां, मैं ही तुहाडा गुरु हाँ ते मैं ही तुहाडा गुरु रहूंगा। वह कहने भी अगे भी इन्हें आ गुरुआं की नकल करके सारे पंगे पाए थी ते अज फिर उही गल्लां कर रहा। ते नाल ही रंधावा साहब ने गल कही है कि जिहड़े बंदे दे उत्ते जबर जनाह दे परचे दर्ज होए होण उह किहड़ा गुरु हो सकदा बई, उहदी गुरु वाली गल क्यों कीती जावे, उहदी गुरु वाली गल क्यों सुनी जावे। तो उन्होंने काफी तरह के तिखे सवाल किए आ। उस तो बड़ी महत्वपूर्ण गल यह है कि उन्होंने कहा जी कि इहदे डेरे के खिलाफ जिहड़ा सुनाम दे विच इहदे खुलण दी गल कीती है, इहदे खिलाफ क्यों नहीं आवाज चुकी जाती भगवंत मान दे वल्लों। उहदा खेतर आ उह संगरूर दा, ते संगरूर दे बारे जेकर डेरा खोलण लगा सुनाम दे वल फिर भगवंत मान नूं बोलना चाहिए, पर भगवंत मान भी चुप करके सारा कुछ देख रहा भी की बन गया ते की नहीं। तो सुखजिंदर रंधावा ने गल कही है कि सरकारां दी चुप है जिहड़ी उह आउंदे समय दे विच इक वार फिर जामी इंसा कांड नूं जन्म दे सकदी है जी। बिल्कुल 29 किसान अपने 29 तरीक नूं मेरा ख्याल किसान करनगे अगले एक्शन का ऐलान। जी हाँ बिल्कुल जी 29 तरीक नूं जिस तरीके दे नाल किसानां दे वल्लों ऐलान किया गया ते उह मैंने लगता भी आउंदे समय दे विच काफी तिखा माहौल बनूगा आउंदे समय दे विच, क्योंकि कल जोगिंदर सिंह उगराहा ने यह गल कही है। वह कहने भी ना सानू सरकार दे उत्ते कोई भरोसा सी ते ना ही सरकार दे उत्ते कोई भरोसा है। सिंह उगराहा ने यह गल कही है कि क्योंकि इस वेले जिहड़ी साडी सूबे दी सरकार आ इह वी पिछलियां सरकारां वर्गी आ, इस करके सानू याद दिवाउण दे लई चेते करवाउण दे लई बड़ा कुछ करना पै रहा। उन्होंने यह गल कही है भी जरूरत इस वक्त इस गल की है कि भाई सूबे की सरकार मंगा नूं मन्ने, सूबे की सरकार है जिहड़ी उह कुछ ना कुछ गल नूं सोचे, ते पर इन्हां दे वल्लों कुछ नहीं किया जा रहा। इन्हां नूं पहलां असीं टाइम लैके बेनतियां करदे भी भाई साडियां मंगा फलानियां फलानियां, ये कह देंदे भी असीं तुहाडियां मंगा नूं मन लिया, मंगा मन लेंदे आ पर मंगा नूं प्रैक्टिकल तौर ते लागू नहीं करदे। फिर सानूं संघर्ष करना पैंदा कि मंगा नूं प्रैक्टिकल तौर दे उत्ते लागू करो। फिर कई वारी असीं मेहनत इधरले पासे करदे आ पर करदे कुछ नहीं गे। सो उस तों वड्डी गल इह आ जी महत्वपूर्ण कि जिस तरीके दे नाल जोगिंदर सिंह उगराहा ने गल कही आ भी 29 तरीक नूं असीं बहुत वड्डे पद्धर दे उत्ते संघर्ष वढ़न जा रहे हैं ते असीं भगवंत मान दी कोठी दे मूहरे ते बहुत वड्डा होर इकट्ठ करांगे ते नवां एक्शन करांगे, क्योंकि इन्हां दे वल्लों तां टरकाया जा रहा सानूं कि भगवंत मान दी सरकार दे वल्लों कहा गया जी कि बजुर्गां नूं धरने दे विच लैके ना आओ। ਉਹ ਕਹਿੰਦੇ ਵੀ ਭਾਈ ਸਾਨੂੰ ਜੋ ਰਹਿਣ ਦਿੰਦੇ ਆ ਤੇ ਸਾਡੀ ਰਾਇ ਵੱਲੋਂ ਵੀ ਭਾਈ ਤੁਸੀਂ ਸਾਡੀਆਂ ਮੰਗਾਂ ਲਾਗੂ ਕਰਦੇ ਹੋ, ਪਰ ਭਗਵੰਤ ਮਾਨ ਦੇ ਕਹਿ ਰਹੇ ਕਹੀ ਵੀ ਜਿਹੜੀਆਂ ਮੰਗਾਂ ਅਸੀਂ ਆਪਣੇ ਲੈਵਲ ਤੇ ਮੰਨ ਸਕਦੇ ਹਾਂ ਉਹ ਅਸੀਂ ਮੰਨਦੇ ਹਾਂ। ਕਈ ਮੰਗਾਂ ਜਿਹੜੀਆਂ ਉਹ ਕੇਂਦਰ ਦੀ ਸਰਕਾਰ ਦੇ ਅੰਡਰ ਹੈ ਤੇ ਕੇਂਦਰ ਦੀ ਸਰਕਾਰ ਉਹਨੇ ਤਰਕੀਬ ਕਰਵਾਈ ਜਾਂਦੀ ਹੈ, ਇਹਦੇ ਬਾਰੇ ਆਉਣ ਵਾਲਾ ਵਕਤ ਦੱਸੂਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਵਕਤ ਦੱਸੂਗਾ
ਭਾਈ ਉਹਨਾਂ ਨੇ ਕਿਹੜੀਆਂ ਕਿਹੜੀਆਂ ਮੰਗਾਂ ਦੇ ਉੱਤੇ ਸਹੀ ਕਿਵੇਂ ਪਾਉਣੀ ਹੈ, ਜਿਵੇਂ ਕਿ MSP ਦਾ ਮਤਲਬ, ਜਿਵੇਂ ਕਿ MSP ਦੇ ਵਿੱਚ ਜਿਹੜੀਆਂ ਜਿਹੜੀਆਂ ਫਸਲਾਂ ਆਪਾਂ ਚਾਹੁੰਦੇ ਹਾਂ ਜੀ ਕਿ ਆਹ ਵੀ ਇਹ ਹੋਵੇ ਜੀ। ਜੀ ਭਾਰਤ ਮਾਲਾ ਜੋ ਜ਼ਮੀਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਜਾਂ ਕੀਤੀਆਂ ਗਈਆਂ ਤੇ ਉਹਦਾ ਮੁਆਵਜ਼ਾ ਜਿਹੜਾ ਆਪਾਂ ਚਾਹੁੰਦੇ ਹਾਂ ਉਹ ਜ਼ਿਆਦਾ ਪਰ ਉਹ ਗ੍ਰਾਹਕਾਂ ਕੋਲਾਂ ਨੇ ਕਿਹਾ ਇਹ ਭਾਈ ਸਾਨੂੰ ਟਰਪਾਲੋ ਜੀ ਵਾਲੀ ਕੀਤੀ ਹੈ ਤੇ ਅਸੀਂ ਕਿਸੇ ਨੂੰ ਨਾ ਲੜਨਾ ਚਾਹੁੰਦੇ ਹਾਂ ਨਾ ਭੜਨਾ ਚਾਹੁੰਦੇ ਹਾਂ, ਸਾਨੂੰ ਸੜਕਾਂ ਤੇ ਬਹਿਣ ਦਾ ਕੋਈ ਸ਼ੌਕ ਨਹੀਂ ਗਾ ਪਰ ਸਾਨੂੰ ਮਜ਼ਬੂਰ ਕਰਤਾ, ਇਸ ਕਰਕੇ ਅਸੀਂ ਤਾਂ ਇੱਟ ਨਾਲ ਇੱਟ ਖੜਕਾਵਾਂਗੇ ਤੇ 29 ਤਰੀਕ ਨੂੰ ਬਹੁਤ ਵੱਡਾ ਐਕਸ਼ਨ ਕਰਾਂਗੇ ਜੀ। ਟੈਨਾ ਸਾਹਿਬ, ਬਿਨਾਂ ਪਾਸਪੋਰਟ ਦੇ 100 ਦੇ ਕਰੀਬ ਪੰਜਾਬੀ ਜਿਹੜੇ ਆਬੂ ਧਾਬੀ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਵੀ ਸਾਡਾ ਕੋਈ ਹਿੱਲਾ ਕਰੋ, ਸਾਨੂੰ ਬਾਹਰ ਕੱਢੋ ਇੱਥੋਂ। ਦੇਖੋ ਜੀ, ਖਾੜੀ ਦੇਸ਼ਾਂ ਦੇ ਵੱਲ ਸਾਡੇ ਬਹੁਤ ਸਾਰੇ ਟਾਣਾ ਸਾਹਿਬ ਆਵਾਜ਼ ਦੇ ਵਿੱਚ ਜਿਹੜੇ ਬੰਦੇ ਜੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਉਹ ਕਈ ਤਰ੍ਹਾਂ ਦੇ ਆਰਥਿਕ ਸੰਕਟ ਦੇ ਵਿੱਚ ਫਿਰ ਵੀ ਜੁੜੇ ਰਹਿੰਦੇ ਆ, ਕਈ ਤਰ੍ਹਾਂ ਦੀਆਂ ਉੱਥੇ ਖੱਜਲ ਖੁਆਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਹੁਣ 100 ਦੇ ਕਰੀਬ ਜਿਹੜੇ ਪੰਜਾਬੀ ਆ ਉਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਤੇ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਮੰਤਰੀ ਆ ਜੈ ਸ਼ੰਕਰ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਵੀ ਜਿਹੜੀ ਕੰਪਨੀ ਦੇ ਵਿੱਚ ਅਸੀਂ ਕੰਮ ਕਰਨ ਆਏ ਸੀ ਉਹ ਕੰਪਨੀ ਬੰਦ ਹੋ ਗਈ, ਉਹਨਾਂ ਨੇ ਸਾਡੇ ਪਾਸਪੋਰਟ ਵੀ ਰੱਖੇ ਹੋਏ ਜਮ੍ਹਾਂ ਕਰਕੇ, ਰੋਟੀ ਪਾਣੀ ਦੀ ਵੀ ਕਿੱਲਤ ਹੈ, ਕੰਮ ਵੀ ਹੈ ਨੀਗਾ, ਛੱਤ ਵੀ ਹੈ ਨੀ ਗੀ, ਦਵਾਈ ਬੂਟੀ ਵੀ ਹੈ ਨੀ ਗੀ, ਇਸ ਕਰਕੇ ਸਾਨੂੰ ਵਾਪਸ ਆਉਣ ਦੇ ਲਈ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ, ਅਸੀਂ ਇੱਥੇ ਫਸੇ ਬੈਠੇ ਹਾਂ, ਹੁਣ ਇਹ ਸਮਾਂ ਦੱਸੂਗਾ ਵੀ ਭਗਵੰਤ ਮਾਨ ਤੇ ਵਿਦੇਸ਼ ਮੰਤਰੀ ਸਾਹਿਬ ਇਸ ਮਾਮਲੇ ਤੇ ਕੀ ਕੁਛ ਕਰਦੇ ਆ। ਪਰ ਬਹੁਤ ਵਾਰੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਬਾਈ ਜੀ ਵੀ ਕੰਪਨੀ ਵਾਲਿਆਂ ਦੇ ਵੱਲੋਂ ਕੰਮ ਤੋਂ ਕੱਢ ਦਿੱਤਾ ਗਿਆ ਜਾਂ ਤਨਖਾਹ ਨਹੀਂ ਦਿੰਦੀ, ਪਾਸਪੋਰਟ ਮੋੜਦੇ ਨੀਗੇ, ਜਿਹਦੇ ਕਰਕੇ ਬੰਦਾ ਖੱਜਲ ਹੁੰਦਾ ਤੇ ਪਰ ਅਸੀਂ ਚਾਹੁੰਦੇ ਹਾਂ ਜੀ ਕਿ ਖੱਜਲ ਤਾਂ ਬੰਦ ਹੋਣੀ ਚਾਹੀਦੀ, ਹਰ ਬੰਦਾ ਆਪਦੇ ਘਰ ਦੀ ਗਰੀਬੀ ਕਰਨ ਦੇ ਲਈ ਬਾਹਰਲੇ ਮੁਲਕ ਜਾਂਦਾ, ਪਰ ਖਾੜੀ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਜਿਵੇਂ ਕਿ ਹੁਣ ਆਬੂ ਧਾਬੀ ਦੇ ਵਿੱਚ ਗਏ ਹੋਏ ਮੁੰਡੇ ਨੂੰ ਕਰਨਾ ਪੈ ਰਿਹਾ ਜੀ। ਬਿਲਕੁਲ ਸਹੀ ਗੱਲ ਹੈ। ਉੱਧਰ ਨਵਜੋਤ ਸਿੱਧੂ ਦੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਹੁਣ ਪੇਸ਼ੀ ਭੁਗਤ ਸਕਦੇ ਨੇ, ਉਹਨਾਂ ਨੂੰ ਰਾਹਤ ਮਿਲੀ ਇੱਕ ਵੱਡੀ। ਦੇਖੋ ਪਿਛਲੇ ਦਿਨ ਲੁਧਿਆਣੇ ਦੀ ਅਦਾਲਤ ਨੇ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਸ਼ਾਮਲ ਹੋਵੇ, ਇਹਦੀ ਫਿਜ਼ੀਕਲ ਅਪੀਅਰੈਂਸ ਚਾਹੀਦੀ ਹੈ। ਪਰ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਮੇਰੀ ਸਿਹਤ ਨਹੀਂ ਠੀਕ ਤੇ ਮੈਂ ਆ ਨਹੀਂ ਸਕਦਾ। ਫਿਰ ਉਹਨੇ ਇਹ ਗੱਲ ਕਹੀ ਸੀ ਕਿ ਭਾਈ ਮੇਰੇ ਸੁਰੱਖਿਆ ਦਾ ਮਾਮਲਾ ਵੀ ਆ, ਮੈਂ ਇਸ ਤਰੀਕੇ ਨਾਲ ਨਹੀਂ ਆ ਸਕਦਾ ਵੀ ਮੇਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ। ਪਰ ਲੁਧਿਆਣੇ ਦੀ ਅਦਾਲਤ ਨੇ ਗੱਲ ਕਹੀ ਸੀ ਕਿ CLU ਮਾਮਲਾ, ਜਿਹਨੂੰ ਅਸੀਂ ਚੇਂਜ ਲੈਂਡ ਆਫ ਯੂਜ਼ ਕਹਿੰਦੇ ਹਾਂ, ਇਸ ਮਾਮਲੇ ਦੇ ਵਿੱਚ ਤੁਸੀਂ ਗਵਾਹੀ ਦੇਣ ਆਓ ਤੇ ਨਿੱਜੀ ਤੌਰ ਤੇ ਆਓ ਤੇ ਕੋਈ ਹੋਰ ਤਰੀਕਾ ਨਹੀਂ ਗਾ। ਪਰ ਬਾਅਦ ਦੇ ਵਿੱਚ ਨਵਜੋਤ ਸਿੱਧੂ ਨੇ ਆਪਣੇ ਵਕੀਲਾਂ ਦੇ ਰਾਹੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਭਾਈ ਮੈਂ ਜਾਣ ਤੋਂ ਅਸਮਰੱਥ ਹਾਂ, ਮੇਰੀਆਂ ਫਲਾਣੀਆਂ ਫਲਾਣੀਆਂ ਮਜ਼ਬੂਰੀਆਂ, ਤੇ ਹਾਈਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਭਾਈ ਨਵਜੋਤ ਸਿੱਧੂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਵੀ ਪੇਸ਼ ਹੋ ਸਕਦਾ, ਇਹ ਜ਼ਰੂਰੀ ਨਹੀਂ ਕਿ ਉਹ ਨਿੱਜੀ ਤੌਰ ਦੇ ਉੱਤੇ ਉੱਥੇ ਜਾ ਕੇ ਹਾਜ਼ਰ ਹੋਵੇ। ਸੋ ਕਹਿਣ ਦਾ ਭਾਵ ਹੈ ਕਿ ਸਿੱਧੂ ਨੂੰ ਰਾਹਤ ਮਿਲੀ ਇੱਕ ਵੀ ਭਾਈ ਉਹ ਬੈਠਾ ਬੈਠਾ ਜੇਲ੍ਹ ਦੇ ਵਿੱਚ ਹੀ ਤੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹਾਜ਼ਰ ਹੋ ਸਕਦਾ। ਵੈਸੇ ਵੀ ਸਿੱਧੂ ਅੱਜ ਕੱਲ੍ਹ ਚੁੱਪ ਆ, ਚੁੱਪ ਦਾ ਕਾਰਨ ਵੀ ਜੇਲ੍ਹ ਦੇ ਵਿੱਚ ਹੈ। ਹੁਣ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਮਿਲਣ ਜਾਂਦਾ ਵਿਰਲਾ ਟਾਵਾਂ, ਜਿਹੜਾ ਕੋਈ ਪਰਿਵਾਰਕ ਹੋਊਗਾ ਜਾਂ ਬਹੁਤ ਨੇੜਲਾ ਹੋਊਗਾ, ਤੇ ਉਹ ਬੰਦਾ ਜਦੋਂ ਬਾਹਰ ਆ ਕੇ ਕੋਈ ਗੱਲ ਦੱਸੂਗਾ ਤਾਂ ਖਬਰ ਬਣ ਜਾਂਦੀ ਹੈ, ਤੇ ਜੇ ਨਾ ਦੱਸੂਗਾ ਤਾਂ ਖਬਰ ਰਹਿ ਜਾਂਦੀ ਹੈ। ਹੁਣ ਉਹ ਕੋਈ ਅੰਦਰੋਂ ਤੱਕ ਟਵੀਟ ਨਹੀਂ ਕਰ ਸਕਦਾ, ਕੋਈ ਹੋਰ ਕੁਝ ਨਹੀਂ ਕਰ ਸਕਦਾ। ਪਰ ਇੱਕ ਗੱਲ ਜ਼ਰੂਰ ਆ ਕਿ ਜਿਹੜੇ ਬਹੁਤ ਘੱਟ ਕਾਂਗਰਸੀ ਆਗੂ ਆ ਜਿਹੜੇ ਕਿ ਸਿੱਧੂ ਨੂੰ ਮਿਲਣ ਜਾ ਰਹੇ ਆ, ਵਿਰਲੇ ਟਾਵੇ ਕਾਂਗਰਸੀ ਆਗੂ ਆ ਜਿਹੜੇ ਮਿਲਣ ਜਾਂਦੇ ਆ, ਕੋਈ ਕੋਈ ਮਾੜਾ ਮੋਟਾ ਜਾਂਦਾ, ਨਹੀਂ ਤਾਂ ਬਾਕੀ ਕਾਂਗਰਸ ਨੇ ਮਿਲਣਾ ਤਾਂ ਮੂੰਹ ਜਾ ਘੁਮਾ ਕੇ ਤੇ ਪਰੇ ਨੂੰ ਕੀਤਾ ਗਿਆ ਉਹਦੇ ਤੋਂ। ਸੋ ਇਹ ਅੱਜ ਕਿ ਸਿੱਧੂ ਸਾਹਿਬ ਆ ਜਿਹੜੇ ਉਹ ਮੇਰਾ ਖਿਆਲ ਇਕੱਲੇ ਜੇ ਪਏ ਆ ਹਾਲ ਦੀ ਘੜੀ, ਤੇ ਬਾਕੀ ਦੇਖੋ ਵੀ ਭਾਈ ਮਿੱਤਰ ਮੰਡਲੀ ਚ ਵਾਧਾ ਹੁੰਦਾ ਜਾਂ ਫਿਰ ਇਵੇਂ ਕੰਮ ਚੱਲਦਾ ਜੀ। ਉਦੋਂ ਮਲਕਾ ਰਾਜਨ ਖੜਗੇ ਜਿਹੜੇ ਨੇ ਕਾਂਗਰਸ ਦੇ ਪ੍ਰਧਾਨ ਬਣੇ ਨੇ, ਉਹ 47 ਮੈਂਬਰੀ ਟੀਮ ਉਹਨਾਂ ਨੇ ਬਣਾਈ ਹੈ, ਹਰਕਤ 'ਚ ਆਏ ਨੇ, ਕੀ ਕਰਨਗੇ ਉਹ, ਕੋਈ ਨਵੀਂ ਕਰਿਸ਼ਮਾ ਲੈ ਕੇ ਆਉਣਗੇ ਕਾਂਗਰਸ ਪਾਰਟੀ ਦੇ ਵਿੱਚ? ਦੇਖੋ ਜੀ, ਕਾਂਗਰਸ ਇਸ ਆਸ ਦੇ ਵਿੱਚ ਕੋਸ਼ਿਸ਼ਾਂ ਕਰ ਰਹੀ ਹੈ ਵੀ ਸਾਈਡ ਕਰਿਸ਼ਮਾ ਹੋ ਜਾਵੇ,
पर करिश्मा हुंदा कि नहीं हुंदा ये तो आप तो इस समय के पावे बड़ी गल है ये भाई ज्ञान हो जाना पर गल है भी मल्लिकार्जुन खड़गे साहब आ जड़े वो है तो सीनियर आगू आ अठ बार विधायक रहे एक सीट तो एम पी भी रहे हैं तो केंद्र के मंत्री भी रहे हैं औखे सौखे वेले कांग्रेस के नाल भी खड़े रहे हैं तो मल्लिकार्जुन खड़गे ने जड़े उन्होंने वालों पता लगा जी कि इस वेले 47 मैंबरी कमेटी बनाई गई है पहली जी इकाई भंग करके तो उन्होंने वालों 47 मैंबरी कमेटी बना दी गई है तो कल उन्होंने रस्मी तौर के उत्ते अहुदा संभालिया उन्होंने जित का प्रमाण पत्र लिया उन्होंने अहुदा संभाल लिया तो उस तो बाद उन्होंने पता लगा जी कि शशि थरूर को छांगता क्योंकि मल्लिकार्जुन खड़गे का मुकाबला शशि थरूर ने किया शशि थरूर में यह 47 मैंबरी कमेटी च नहीं रखा फिर अगली जानकारी यह जी कि मल्लिकार्जुन खड़गे जरा वालों पंजाब के पवन बंसल अंबिका सोनी दो जने रह गए पर मैं कमाल की गल यह समझना यार ये दोवे तो ग्राउंड के नालों परे हुए भी नेता चलो पवन बंसल भी चंडीगढ़ तो ही है पर ये दोनों नेता इन्हों जिस तरीके दे नाल उन्होंने लिया है पार्टी के 47 मैंबरी कमेटी के जी इस वे कांग्रेस पार्टी है वह पंजाब नूं महत्वपूर्ण नहीं समझती भी भाई इतने साड़ी हालत पतली है असी ये कोई एक दो चेहरे लगे जेडे कि काफी मशहूर भी है जेडे काफी सरगर्म भी है जेडे ईमानदार भी हो सो मैं लगता भी जी 47 मैंबरी कमेटी है ये तो बंदे उ जेडे कि पुराने है ये कुछ भी नवा जा ऊर्जावान जवान वर्ग नहीं उदा मल्लिकार्जुन खड़गे ने कहा कि 50% नेता जेड़े 50 साल तो घट उम्र वाले वक् वक् अहुदे उत्ते होणगे कह रहे भी राजस्थान के इस गल करके भूचाल आया पाया तो बाकी पता नहीं बनना की है पर कांग्रेस यह सोच रही है कि शायद खड़गे के आने के नाल साडे पैर लग जाएंगे। उधर दूजे पासे यूपी के एक सिक्ख्या मंत्री ने कहा कहिंदा मोदी जी भगवान का अवतार ने छोकरा सीधा भगवान नहीं कह दिता देखो जी भाई गल ये असल भारत के भगवान 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 करी जाते पर भगवान की मनता कौन इतने सारे जने भगवान जी तो मनते हैं पर भगवान जी नहीं मनते जिमें अपने पंजाब के भी कह दें कि भाई इतने गुरु साहबान तो मनते हैं पर गुरु साहबान ने क्या किया कदे ये नहीं मनते उन्हें तो अमल नहीं कर देंगे। सो धर्म की राजनीति जी भारत के मैं पहला भी गल कही जी इन्ने वे पद्धर के उत्ते भी भाई ये असल हकीकत को भुल ही गए भी असं करना की है ये हर थान के उत्ते देखने मिलता चमकी की भी एक हद होंगी है पर यूपी की जी सिक्ख्या मंत्री है गुलाब देवी इन्हें तो चापलूसी का सिफर ही करता चमकी भी इन्हें तो बेलते ही चक लिया भी बेलते ही मार दे हूँ देखो प्रधानमंत्री के बारे कहनी कहनी भी ये तो भगवान का अवतार ने यह जिन्ना चिर चाहन उन्ना चिर प्रधानमंत्री रह सकते हैं कोई हराउन वाला नहीं कोई पिट लवाउन वाला नहीं तो यह तो प्रधानमंत्री साहब आ जिहड़े वह इन्हां गल्लां तो उत्ते उठ चुके आ वो कहिंदे जी जिहड़े साडे प्रधानमंत्री साहब आ इह जदों चाहुण घंटे खड़कवा सकदे आ जदों चाहुण आ कर सकदे आ जदों चाहुण ओह कर सकदे आ सो प्रधानमंत्री जिहड़े भगवान दे अवतार आ इहनां दा बदल कोई नहीं गा मेरे मन दे विच सवाल बाई जी सिर्फ इह आउंदा भी जेकर कोई भी बंदा तुसीं मैं जां कोई होर किसी आम बंदे की तुलना से रब नाल भगवान नाल कर दिए तो नाल दी नाल कह दिंदे जी कि धार्मिक भावनावां भड़कदियां ते हुण क्यों नहीं भड़कदियां हुण क्यों नहीं भड़कदियां। सो मतलब यह है भी जो मन दे विच आउंदा कही जांदे आ ते लोकां नूं मगर लाई जांदे आ। टैणा साहब तुहानूं लगदा भावें समां इक्को मिंट दा तुहानूं लगदा भी अयोध्या दे विच इक होर मंदर बनूगा भगवान मोदी जी दा? देखो जी मेरा ख्याल तो ये होर नैगेटिविटी जी है वो मोदी के खिलाफ जाऊगी क्योंकि अयोध्या के मंदिर बने हुए है अयोध्या के मंदिर बन चुके ज बन गया पर मोदी के मंदिर होर बड़ी जनसावान से बई जी ये साडा देश वो आ जिथे क्रिकेट खेडन वाले का भी मंदिर बन जाता इतने मोदी का भी है यूपी के योगी आदित्यनाथ के मंदिर बने हुए है तो आ कुछ चलता तो पता नहीं कदों रुकूगा जी। क्या बात, बहुत बहुत शुक्रिया टैणा साहब, धन्यवाद करते हैं थोड़ा, फिर कल मिलने के वादे नाल बहुत मेहरबानी मेहरबानी शुक्रिया। सो दोस्तों यह सरदार सवान सिंह जी टैणा साढ़े नाल जुड़े से जलंधर तो खबरों की खबर सार हमेशा
ਵਾਰ ਦੀ ਖੱਲ ਲਾਉਣ ਤੱਕ ਜਾਂਦੇ ਆ। ਵੱਧਦਿਆਂ ਅਗਲੇ ਪ੍ਰੋਗਰਾਮ ਵੱਲ, ਅਗਲਾ ਪ੍ਰੋਗਰਾਮ ਲੈ ਕੇ ਗੁਰਬਚਨ ਮਾਨ ਜੀ ਤਿਆਰ ਬਰ ਤਿਆਰ ਨੇ, ਦਿਓ ਇਜਾਜ਼ਤ, ਫਿਰ ਮਿਲਣ ਦੇ ਵਾਅਦੇ ਨਾਲ।